नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर के मजीठा रोड इलाके में घर में घुसकर दो नौजवानों ने एक बुजुर्ग का किया कत्ल, पुलिस सीसीटीवी फुटेज रही खंगाल। जीरा के गांव रंगा टिब्बी में बेटे ने पिता को मारी गोली, पिता गंभीर घायल। अमृतसर पुलिस ने दो अलग अलग मामलों में तीन आरोपियों को किया काबू, 5 किलो हेरोइन, 4 पिस्तौल जिंदा रौंद किए बरामद। और अब हलचल विस्तार से। अमृतसर के मजीठा रोड इलाके में एक बुजुर्ग व्यक्ति के कत्ल का मामला सामने आया है। मिली जानकारी के मुताबिक घर में घुसकर दो नौजवानों की ओर से इस घटना को अंजाम दिया गया है। इस दौरान बुजुर्ग के हाथ पैर और मुंह बांधकर उसका कत्ल किया गया है। इस संबंध में जानकारी देते हुए पड़ोसियों ने बताया कि देर रात उन्हें किसी चीज को काटने की आवाज सुनाई दी और जब उन्होंने जाकर देखा तो पहले उन्हें कोई नजर नहीं आया। जब उन्होंने ध्यान से देखा तो एक व्यक्ति बाहर को जाता हुआ दिखाई दिया। जब उन्होंने अपने पड़ोसी के घर में झांक कर देखा तो वहां उन्होंने एक और व्यक्ति दिखाई दिया, जिसके बाद वे पड़ोसी के घर का ताला तोड़कर अंदर गए तो बुजुर्ग पड़ोसी का कत्ल कर दिया गया था और उसके हाथ पैर व मुंह बंधे हुए थे, जिसकी सूचना उन्होंने पुलिस को दी। वहीं घटना की सूचना मिलते ही डीसीपी डॉक्टर प्रज्ञा जैन, पुलिस पार्टी सहित मौके पर पहुंच गई। उन्होंने बताया कि मृतक व्यक्ति की पहचान विजय खन्ना के तौर पर हुई है, उसके बच्चे बाहर रहते हैं और वह घर में अकेला रहता था। उन्होंने बताया कि दो लोगों द्वारा इस घटना को अंजाम दिया गया है, उनके द्वारा जांच की जा रही है और आसपास लगे सीसीटीवी कैमरे खंगाले जा रहे हैं। जल्द ही आरोपियों को काबू कर लिया जाएगा। अमृतसर से हलचल के लिए सुनील खोसला की रिपोर्ट। भैया इतने 3:30 बजे दे आए हुए सी, आरी वगैरह कटन दी बाद बैक साइड दे आ रही सी जी। ਤੇ ਇਸ ਤੋਂ ਬਾਅਦ 4:15 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ, ਉਹਨੇ ਦੋਨੋਂ ਗੇਟ ਕ੍ਰੋਸ ਕੀਤੇ ਹੈ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ, ਲੇਕਿਨ ਉਹਨਾਂ ਨੇ ਆਪਸ 'ਚ ਕੁਛ ਕੌਨਸਪੀਰੇਸੀ ਕੀਤੀ ਹੈ। ਹਾਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਸੀ ਨਾ, ਉਹ 10 ਮਿੰਟ ਵੀ ਨਹੀਂ ਰੁਕਿਆ, ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ। ਅੱਛਾ, ਦੋ ਜਣੇ ਸੀ ਟੋਟਲ? ਹਾਂ, ਬੰਦੇ ਦੋ ਸੀ, ਲੇਕਿਨ ਇੱਕ ਬੰਦਾ ਇਧਰੋਂ ਭੱਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭੱਜਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਨਸ਼ੀਅਸ ਹੋ ਗਏ ਹਾਂ। ਅਸੀਂ 1.5-2 ਘੰਟੇ ਗੇਟ ਖੜਕਾਉਂਦੇ ਰਹੇ ਹਾਂ, 2 ਘੰਟੇ ਬੈਲਸ ਕੀਤੀਆਂ, ਫੋਨ ਬੰਦ ਹੋ ਗਿਆ। ਜਾਲੀ ਇਧਰੋਂ ਵੀ ਪਾਰਟੀ ਪਈ ਹੈ, ਜਾਲੀ ਉਧਰੋਂ ਵੀ ਪਾਰਟੀ ਪਈ। ਕੀ ਲੱਗਦਾ ਇਹ ਕਿਹੜਾ ਉਹ ਉੱਪਰੀ ਸਾਈਡ ਤੋਂ ਮੋਗਾ ਜਿਹੜਾ ਉਹ ਚੱਲਦਾ ਪਿਆ ਜੀ, ਉਧਰੋਂ ਪਾਰਟੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿਧਰੋਂ ਐਂਟਰ ਹੋਏ ਹੋਣਗੇ? ਅਸੀਂ ਸਵੇਰੇ ਆਏ ਆ, ਬਸ ਸਵੇਰੇ ਪਤਾ ਲੱਗਾ ਸਾਨੂੰ, 4:30 ਵਜੇ ਪਤਾ ਲੱਗਾ ਕਿ ਕੋਈ ਆਵਾਜ਼ ਆਈ ਹੈ ਤੇ ਫਿਰ ਅਸੀਂ ਬੂਹਾ ਬੂਹਾ ਖੜਕਾਇਆ, ਕਿਸੇ ਨੇ ਖੋਲਿਆ ਨੀ ਦਰਵਾਜ਼ਾ। ਫਿਰ ਕਿਹੜੀ ਜਗ੍ਹਾ? ਫਿਰ ਉਹ ਆਵਾਜ਼ ਲਗਾਈ ਕਿਸੇ ਨੇ ਪਰ ਕੋਈ ਆਇਆ ਨੀ ਬਾਹਰ। ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਚੋਂ ਬਾਹਰ ਨਿਕਲਦੇ ਪਏ ਸੀ ਉੱਥੋਂ। 10 ਮਿੰਟ ਬਾਅਦ ਇੱਕ ਲੜਕਾ ਪਹਿਲਾਂ ਅੰਦਰ ਆਇਆ ਸੀ ਤੇ 10 ਮਿੰਟ ਬਾਅਦ ਬਾਹਰ ਨਿਕਲ ਗਿਆ। ਸੈਕਿੰਡ ਇੱਕ ਹੋਰ ਲੜਕਾ ਹੈਗਾ ਸੀ, ਉਹ ਇਧਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਇੱਧਰ ਐਂਟਰ ਨਿਕਲ ਗਿਆ ਇਸ ਰਸਤੇ। ਅੰਦਰ ਕੌਣ ਰਹਿੰਦਾ ਸੀ? ਅੰਦਰ ਅੰਕਲ ਇੱਕ ਵਿਜੇ ਖੰਨਾ।
ਕਿੰਨੀ ਕੁ ਉਮਰ ਚ ਹੁੰਦੇ? 70 ਸਾਲ 70 ਇਅਰਸ ਦੇ। ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ, ਬੇਟੇ ਦੋ। ਸੀਸੀਟੀਵੀ ਲੱਗੇ ਇਹਨਾਂ ਦੇ? ਸੀਸੀਟੀਵੀ ਬਾਹਰ ਗਲੀ ਦੇ ਗਏ, ਕੋਈ ਖਰਾਬ ਹੈਗਾ। ਤੇ ਲੜਕੀਆਂ ਦੋ ਹੈਗੇ ਇਹਨਾਂ ਦੇ, ਬਾਹਰ ਹੁੰਦੇ। ਲੜਕੀਆਂ ਵੀ ਦੋ ਵੀ ਬਾਹਰ ਆ, ਮੈਰਿਡ ਹੈਗੇ ਬਸ। ਬਾਕੀ ਹੁਣ ਪੁਲਿਸ ਆਈ ਫਿਰ ਬਾਅਦ ਚੋਂ 8 ਵਜੇ 8:30 ਜਦੋਂ ਅਸੀਂ ਤਾਲਾ ਤੁਲਾ ਵੇਖਿਆ ਅੰਦਰ ਕੇ, ਖੋਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਏ ਹੋਏ ਸੀ, ਡੈਥ ਹੋਈ ਸੀ ਇਹਨਾਂ ਦੀ। ਪਏ ਹੋਏ ਸੀ ਬੈੱਡ ਦੇ ਨਾਲ ਹੀ, ਮਤਲਬ ਮੂੰਹ ਵਗੈਰਾ ਬੰਨਿਆ ਹੋਇਆ ਸੀ ਇਹਨਾਂ ਦਾ। ਲੁੱਟ ਹੋ ਸਕਦੀ, ਰੰਜਿਸ਼ ਹੋ ਸਕਦੀ, ਆਪਣੀ ਪਤਾ ਨਹੀਂ ਹੈਗੀ। ਵੇਖੋ ਨੌਕਰੀ ਵਗੈਰਾ ਕਰਦੇ ਸੀ? ਨਹੀਂ ਨਹੀਂ, ਇਹ ਫ੍ਰੀ ਸੀ, ਮਤਲਬ ਘਰ ਹੀ ਸੀ, ਨੌਕਰੀ ਵਗੈਰਾ ਨਹੀਂ ਕਰਦੇ ਸੀ। ਇੱਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ, ਉਹਨਾਂ ਦੀ ਜਿਹੜੀ ਹੈਗੀ ਉੱਥੇ ਘਰੇ ਦਰਵਾਜ਼ਾ ਨਹੀਂ ਖੋਲਦੇ ਪਏ, ਐਂਡ ਦੈਨ ਦ ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੋਟ, ਅਤੇ ਉੱਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਈਮ ਆਫ ਏਸੀ, ਉਹ ਮਰਡਰ ਹੋ ਗਿਆ। ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ, ਅਤੇ ਦੇਖਦੇ ਹਾਂ ਜੀ ਇਹ 'ਚ ਬਹੁਤ ਛੇਤੀ ਕਰਨਾ। ਦੇਖੋ ਜੀ, ਹਲੇ ਤਾਂ ਬਹੁਤ ਪ੍ਰਾਈਮਰੀ ਇੱਕ ਇਨਵੈਸਟੀਗੇਸ਼ਨ ਹੈ, ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ, ਐਂਡ ਵੀ ਹੈਵ ਆਲਸੋ ਜਸਟ ਅਰਾਈਵਡ, ਸੋ ਜੋ ਵੀ ਲੀਡਸ ਆਊਗੀ ਵੀ ਆਰ ਵਰਕਿੰਗ ਔਨ ਆਲ ਦ ਬਟ ਬਾਕੀ ਤਾਂ ਸਾਰਾ ਕੁਛ ਡਿਟੇਲਸ, ਹਰ ਇੱਕ ਕੇਸ ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ, ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਏ, ਜੋ ਵੀ ਹੁੰਦਾ ਆਪਾਂ ਸ਼ੇਅਰ ਕਰਾਂਗੇ। 78 ਇਅਰਸ ਇਹਨਾਂ ਦੀ ਉਮਰ ਹੈਗੀ, ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਜੀ, ਇੱਥੇ ਇਕੱਲੇ ਰਹਿੰਦੇ ਸੀ। ਪੁਲਿਸ ਵੱਲੋਂ ਜੀ ਇਹੀ ਹੈ ਕਿ ਆਪਾਂ ਕੇਸ ਟ੍ਰੇਸ ਕਰਾਂਗੇ, ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ। ਐਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ, ਅਭੀ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰ ਦੇ ਪਏ। ਥੋੜਾ ਇਹਨਾਂ ਕੀ ਸਾਹਮਣੇ ਆ ਕਿ ਰੰਜਿਸ਼ ਹੈ ਜਾਂ ਫਿਰ ਲੁੱਟ ਦਾ ਇਰਾਦਾ, ਥੋੜਾ ਬਹੁਤ ਮੈਂ ਦੇਖਾਂ। ਪ੍ਰਾਇਮਰੀਲੀ ਇਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ, ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ, ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆਉਂਦੀ ਆਪਾਂ ਦੱਸਾਂਗੇ। ਕਸਬਾ ਮੱਖੂ ਕੀ ਗਾਓ ਰੰਗਾ ਟਿੱਬੀ ਵੀ ਇੱਕ ਬੇਟੇ ਦੁਆਰਾ ਪਿਤਾ ਕੋ ਗੋਲੀ ਮਾਰਨੇ ਕਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਕੇ ਮੁਤਾਬਿਕ ਗਾਓ ਰੰਗਾ ਟਿੱਬੀ ਨਿਵਾਸੀ ਮੁਖਤਿਆਰ ਸਿੰਘ ਕਾ ਆਪਣੇ ਬੇਟੇ ਸੁਰਜੀਤ ਸਿੰਘ ਕੇ ਸਾਥ ਕਿਸੀ ਬਾਤ ਕੋ ਲੇਕਰ ਝਗੜਾ ਹੋ ਗਿਆ, ਔਰ ਇਸ ਝਗੜੇ ਕੇ ਦੌਰਾਨ ਸੁਰਜੀਤ ਸਿੰਘ ਦੁਆਰਾ ਆਪਣੇ ਪਿਤਾ ਮੁਖਤਿਆਰ ਸਿੰਘ ਪਰ ਗੋਲੀ ਚਲਾ ਦੀ ਗਈ, ਜਿਸ ਕਾਰਨ ਗੋਲੀ ਲੱਗਣੇ ਸੇ ਮੁਖਤਿਆਰ ਸਿੰਘ ਗੰਭੀਰ ਰੂਪ ਸੇ ਘਾਇਲ ਹੋ ਗਿਆ, ਜਿਸੇ ਉਪਚਾਰ ਹੇਤੂ ਸਿਵਲ ਹਸਪਤਾਲ ਜੀਰਾ ਮੇਂ ਪਹੁੰਚਾਇਆ ਗਿਆ, ਜਹਾਂ ਡਾਕਟਰੋਂ ਦੁਆਰਾ ਉਸੇ ਪ੍ਰਾਥਮਿਕ ਉਪਚਾਰ ਦੇਣੇ ਕੇ ਬਾਅਦ ਫਰੀਦਕੋਟ ਮੈਡੀਕਲ ਕਾਲਜ ਮੇਂ ਰੈਫਰ ਕਰ ਦਿਆ ਗਿਆ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਘਾਇਲ ਮੁਖਤਿਆਰ ਸਿੰਘ ਕੇ ਦੂਸਰੇ ਬੇਟੇ ਨੇ ਬਤਾਇਆ ਕਿ ਘਰ ਕੀ ਦੀਵਾਰ ਕੋ ਲੇਕਰ ਉਸਕੇ ਪਿਤਾ ਕਾ ਉਸਕੇ ਛੋਟੇ ਭਾਈ ਕੇ ਸਾਥ ਝਗੜਾ ਹੋ ਗਿਆ ਥਾ। ਇਸ ਦੌਰਾਨ ਉਸਕੇ ਭਾਈ ਨੇ ਉਸਕੇ ਪਿਤਾ ਪਰ ਗੋਲੀ ਚਲਾ ਦੀ। ਉਸਨੇ ਬਤਾਇਆ ਕਿ ਉਸਕੇ ਪਿਤਾ ਕੋ ਦੋ ਗੋਲੀਆਂ ਲਗੀ ਹੈ ਔਰ ਫਰੀਦਕੋਟ ਮੈਡੀਕਲ ਕਾਲਜ ਮੇਂ ਉਸਕਾ ਇਲਾਜ ਚਲ ਰਹਾ ਹੈ। ਜੀਰਾ ਸੇ ਹਲਚਲ ਕੇ ਲੀਏ ਸਤੀਸ਼ ਵਿੱਚ ਕੀ ਰਿਪੋਰਟ। ਮੁਖਤਿਆਰ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ ਸਿਵਲ ਹਸਪਤਾਲ ਜੀਰਾ ਐਮਰਜੈਂਸੀ ਦੇ ਵਿੱਚ, ਅਤੇ ਜੋ ਸਾਨੂੰ ਡਾਕਟਰ ਸਾਹਿਬ ਦਾ ਉਹ ਪਤਾ ਲੱਗਿਆ ਕਿ ਉਹ ਚੀਜ਼ ਉਹਦੇ ਇੱਕ ਤਾਂ ਗਲੇ 'ਤੇ ਗਨਸ਼ੋਟ ਇੰਜਰੀ ਸੀਗੀ, ਇੱਕ ਉਹਦੇ ਗਲ 'ਤੇ ਸੀਗੀ, ਫੇਸ 'ਤੇ ਸੀ, ਉਹਦੇ ਵਾਸਤੇ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ, ਇਸ ਕਰਕੇ ਡਾਕਟਰ ਸਾਹਿਬ ਨੇ ਪੀ ਆਈ ਉਹਦੀ ਕੱਟ ਕੇ ਅਤੇ ਉਹਨੂੰ ਐਮਰਜੈਂਸੀ ਫਰੀਦਕੋਟ ਇੱਕ ਵਾਰ ਰੈਫਰ ਕਰ ਦਿੱਤਾ ਗਿਆ, ਤਾਂ ਕਿ ਜੋ ਵੀ ਉਹਦੇ ਗਲੇ ਦੇ ਮਾਰ ਹੈ ਜਾਂ ਕੋਈ ਵੀ ਉਹਦੇ ਜਿਹੜੇ ਨਾੜ 'ਚ ਸੱਟ ਵੱਜੀ ਹੈ ਜਾਂ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਕੋਈ ਆਰਟਰੀ ਰਪਚਰ ਹੋਈ ਹੈ, ਉਹ ਫਿਰ ਸਾਰਾ ਉੱਥੇ ਜਾ ਕੇ ਉਹ ਚੈੱਕ ਕਰਵਾ ਸਕਦਾ। ਮੇਰਾ ਨਾਮ ਮਨਜੀਤ ਸਿੰਘ, ਪਿੰਡ ਟਿੱਬੀ ਰੰਗਾ, ਡਿਸਟ੍ਰਿਕਟ ਫਿਰੋਜ਼ਪੁਰ। ਸਰ ਕੰਧ ਇੱਕ ਛੋਟੀ ਜਿਹੀ ਹੈਗੀ ਸੀ, ਕੰਧ ਦਾ ਛੋਟਾ ਜਿਹਾ ਝਗੜਾ ਸੀ, ਝਗੜਾ ਵੀ ਨਹੀਂ ਸੀ ਕੋਈ ਖਾਸ, ਸਿਰਫ ਇੱਕ ਦੋ ਤਿੰਨ ਦੋ। ਮੇਰਾ ਨਾਮ ਮਨਜੀਤ ਸਿੰਘ, ਡਿਸਟ੍ਰਿਕਟ ਫਿਰੋਜ਼ਪੁਰ, ਪਿੰਡ ਟਿੱਬੀ ਰੰਗਾ। ਮੇਰਾ ਇੱਕ ਛੋਟਾ ਭਰਾ ਸੀ, ਉਹਦੇ ਨਾਲ ਇੱਕ ਛੋਟਾ ਜਿਹਾ ਘਰ ਦਾ
ਰੌਲਾ ਸੀ। ਇਸ ਕਰਕੇ ਉਹ ਸਰਦਾਰ ਮੁਖਤਿਆਰ ਸਿੰਘ ਮੇਰਾ ਜੋ ਬਾਪ ਸੀ ਉਸ ਨੂੰ ਉਸਨੇ ਗੋਲੀ ਮਾਰ ਦਿੱਤੀ, ਸਿੱਧੀਆਂ ਦੋ ਗੋਲੀਆਂ ਮਾਰੀਆਂ। ਉਸ ਨੂੰ ਅਸੀਂ ਫਰੀਦਕੋਟ ਦੇ ਵਿੱਚ ਇਲਾਜ ਕਰਾਉਣ ਲਈ ਲਿਆਂਦਾ, ਜੋ ਜੇਰੇ ਇਲਾਜ ਵਿੱਚ ਹੈ, ਹਾਲੇ ਤੋਂ ਬੇਹੋਸ਼ੀ ਤੌਰ 'ਤੇ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੁਆਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਦਿਸ਼ਾ ਨਿਰਦੇਸ਼ੋ ਪਰ ਪੰਜਾਬ ਕੋ ਨਸ਼ਾ ਮੁਕਤ ਗੈਂਗਸਟਰ ਮੁਕਤ ਕਰਨੇ ਕੇ ਲਈ ਚਲਾਈ ਗਈ ਮੁਹਿੰਮ ਕੇ ਤਹਿਤ ਅੰਮ੍ਰਿਤਸਰ ਪੁਲਿਸ ਕੋ ਇੱਕ ਬੜੀ ਸਫਲਤਾ ਹਾਸਿਲ ਹੋਈ ਹੈ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬਤਾਇਆ ਕਿ ਦੋ ਅਲੱਗ ਅਲੱਗ ਮਾਮਲੋਂ ਮੇਂ ਤੀਨ ਆਰੋਪੀਓਂ ਕੋ ਕਾਬੂ ਕੀਆ ਗਿਆ ਹੈ, ਜਿਨਕੇ ਪਾਸ ਸੇ 5 ਕਿਲੋ ਹੈਰੋਇਨ ਔਰ 4 ਪਿਸਤੌਲ ਵੀ ਬਰਾਮਦ ਕੀ ਗਈ ਹੈ। उन्होंने बताया कि आरोपी गुरप्रीत सिंह निवासी होशियारपुर को 5 किलो हेरोइन सहित काबू किया गया, जो यूएसए में बैठे नशा तस्करों के कहने पर आगे हेरोइन की सप्लाई करता था। वहीं दूसरे मामले में दो आरोपी हरबिंदर पाल सिंह और जतेंद्र पाल सिंह को काबू किया गया, जिनके पास से 4 पिस्तौल और जिंदा रोंद बरामद किए गए हैं। उन्होंने बताया कि ये आरोपी मध्य प्रदेश से पिस्तौलें लाकर पंजाब में सप्लाई करते थे, जिसके चलते मध्य प्रदेश से भी एक व्यक्ति को काबू किया गया है। फिलहाल सभी आरोपियों पर मामला दर्ज कर उन्हें अदालत में पेश कर रिमांड पर लिया जाएगा, ताकि इनसे आगे की पूछताछ की जा सके, जिससे और भी खुलासे होने की संभावना है। अमृतसर से हलचल के लिए सुनील खोसला की रिपोर्ट। देखो जी, साढ़े मानयोग सीएम साहब के दिशा निर्देश ने कि पंजाब नूं नशा मुक्त करना ते गैंगस्टर मुक्त करना और एंटी सोशल एलीमेंट ते क्रिमिनल एलीमेंट के खिलाफ ਅਸੀਂ ਸਖਤ ਕਾਰਵਾਈ ਕੀ ਕਰਨੀ ਹੈ। ਉਹਦੇ 'ਚ ਜ਼ੀਰੋ ਟੋਲਰੈਂਸ ਪੋਲਸੀ ਜਿਹੜੀ ਸਾਡੇ ਮਾਨਯੋਗ ਡੀ ਜੀ ਸਾਹਿਬ ਵੱਲੋਂ ਵੀ ਅਤੇ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ। 5 ਕਿਲੋ ਹੀਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ, ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਕੁਮਾਰ ਉਲਫ ਦੀਪ, ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ 'ਚ ਹੈ, ਉੱਥੋਂ ਦਾ ਇਹ ਰਹਿਣ ਵਾਲਾ। ਇਹਦੇ ਖਿਲਾਫ਼ ਪਹਿਲਾਂ ਵੀ 2 ਮੁਕੱਦਮੇ ਨੇ, ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲੱਕੀ, ਜਿਸ ਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਟਲ ਚਲਾ ਰਿਹਾ ਸੀਗਾ ਉਹ USA ਬੇਸਡ ਹੈ, ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ, 5 ਬੰਦੇ ਉਹਦੇ 'ਚ ਹੋਰ ਫੜੇ ਗਏ ਸੀ ਅਲੱਗ ਅਲੱਗ ਜਗ੍ਹਾ ਤੋਂ। ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਇਹ ਕਾਟਲ ਚਲਾ ਰਿਹਾ। ਤੋ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ USA ਤੋਂ ਇੱਥੇ ਜਿਹੜੇ ਸਮਗਲਰ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਹੇ ਹਾਂ। ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਗਏ, ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗਰਾਊਂਡ ਹੈ ਇਹਦੇ ਖਿਲਾਫ਼ 2 NDPS ਦੇ ਪਰਚੇ ਨੇ, ਇੱਕ ਭੋਗਪੁਰ ਜਲੰਧਰ ਰੂਰਲ 'ਚ ਔਰ ਇੱਕ ਹੈਗਾ ਉੱਥੇ ਹੁਸ਼ਿਆਰਪੁਰ ਦੇ ਵਿੱਚ। ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ, ਇਹਦੇ 'ਚ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਰੀਏ ਤੋਂ ਕਿੱਦਾਂ ਆਈ, ਕੀ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ। ਤੋ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ। DCP ਸਾਹਿਬ ਮੰਡੇਰ ਸਾਹਿਬ, ਮੈਡਮ ਪ੍ਰਗਿਆ ਜੈਨ, ਨਵਜੋਤ ਜੀ ਸਾਡੇ ADCP, ਬਿੰਦਰਜੀਤ ਅਤੇ ਉਹਨਾਂ ਦੀ ਟੀਮ CIA 3 ਵਾਲੇ, ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ। ਇਸ ਤੋਂ ਇਲਾਵਾ 4 ਪਿਸਟਲ ਅਤੇ ਰਾਊਂਡਸ ਅਸੀਂ ਬਰਾਮਦ ਕੀਤੇ ਹੈ, ਉਹ 'ਚ ਵੀ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ, ਇੱਕ ਜਤਿੰਦਰ ਪਾਲ, ਦੋਨੋਂ ਗੁਰੂ ਨਾਨਕ ਕਾਲਨੀ ਤਰਨ ਤਾਰਨ ਰੋਡ ਅੰਮ੍ਰਿਤਸਰ ਦੇ ਹੈ। ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ, ਇਹਦੇ 'ਚ ਇੱਕ ਮੱਧ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ, ਕਿਉਂਕਿ ਵਾਰ-ਵਾਰ ਮੱਧ ਪ੍ਰਦੇਸ਼ ਦਾ ਨਾਮ ਆਉਂਦਾ ਸੀ। ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ, ਕਿਉਂਕਿ ਓਪਰੇਸ਼ਨ ਚੱਲ ਰਹੇ ਨੇ।
ਸੋ ਉਹਦੇ ਨਾਲ ਸਾਰਾ ਬੈਕਵਰਡ ਫੋਰਵਰਡ ਲਿੰਕੇਜਿਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਜਿਹੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈੱਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਆ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤਾਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਅਤੇ ਇਹਨਾਂ ਨੂੰ ਵਾਜਬ ਇਨਾਮ ਵਾਸਤੇ ਵੀ ਅਸੀਂ ਰਿਕਮੈਂਡ ਕਰਾਂਗੇ। ਹੁਸ਼ਿਆਰਪੁਰ ਪੁਲਿਸ ਨੇ 24 ਘੰਟੋ ਕੇ ਅੰਦਰ ਹੀ ਇੱਕ ਅੰਧੇ ਕਤਲ ਕੀ ਗੁੱਥੀ ਕੋ ਸੁਲਝਾਨੇ ਮੇਂ ਬੜੀ ਸਫਲਤਾ ਹਾਸਿਲ ਕਰਤੇ ਹੋਏ ਦੋਸ਼ੀ ਕੋ 24 ਘੰਟੋ ਕੇ ਅੰਦਰ ਕਾਬੂ ਕਰ ਲਿਆ। ਜਾਣਕਾਰੀ ਦੇਤੇ ਹੋਏ ਇੱਕ ਪ੍ਰੈਸ ਵਾਰਤਾ ਕੇ ਦੌਰਾਨ ਹੁਸ਼ਿਆਰਪੁਰ ਕੇ SSP ਸੁਰਿੰਦਰ ਲਾਂਬਾ ਨੇ ਬਤਾਇਆ ਕਿ ਗਤ ਦਿਨੋਂ ਹੁਸ਼ਿਆਰਪੁਰ ਕੇ ਟਾਂਡਾ ਕੇ ਗਾਓ ਹਰਸੀ ਮੇਂ ਇੱਕ ਔਰਤ ਕਾ ਕਤਲ ਕਰ ਦਿਆ ਗਿਆ ਥਾ ਔਰ ਪੁਲਿਸ ਦੁਆਰਾ ਅਗਿਆਤ ਵਿਅਕਤੀ ਪਰ ਮਾਮਲਾ ਦਰਜ ਕਰ ਆਗੇ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਥੀ। SSP ਨੇ ਬਤਾਇਆ ਕਿ ਕਤਲ ਕਰਨੇ ਵਾਲਾ ਦੋਸ਼ੀ ਗੁਰਪ੍ਰੀਤ ਸਿੰਘ ਨਿਵਾਸੀ ਗਾਓਂ ਝਾਵਾਂ ਟਾਂਡਾ ਕੋ ਗ੍ਰਿਫਤਾਰ ਕੀਆ ਜਾ ਚੁੱਕਾ ਹੈ। ਉਨ੍ਹਾਂ ਬਤਾਇਆ ਕਿ ਪਕੜਾ ਗਿਆ ਦੋਸ਼ੀ ਗੁਰਪ੍ਰੀਤ ਸਿੰਘ ਮ੍ਰਿਤਕ ਬਲਜਿੰਦਰ ਕੌਰ ਕੀ ਸੰਤੇਲੀ ਸੰਤਾਨ ਥੀ। ਉਨ੍ਹਾਂ ਬਤਾਇਆ ਕਿ ਮ੍ਰਿਤਕ ਬਲਜਿੰਦਰ ਕੌਰ ਕੇ ਪਤੀ ਨੇ 2 ਸ਼ਾਦੀਆਂ ਕਰਵਾ ਰੱਖੀ ਥੀ ਔਰ ਦੋਸ਼ੀ ਉਨਕੀ ਪਹਿਲੀ ਪਤਨੀ ਕਾ ਬੱਚਾ ਥਾ ਜਬਕਿ ਮ੍ਰਿਤਕਾ ਕੇ ਬੱਚੇ ਪਹਿਲੇ ਸੇ ਹੀ ਵਿਦੇਸ਼ ਮੇਂ ਸੈਟਲ ਥੇ ਜਿਸਕੇ ਚਲਤੇ ਦੋਸ਼ੀ ਕੋ ਯੇ ਨਾ ਮਨਜ਼ੂਰ ਥਾ। ਕੁਛ ਦਿਨੋਂ ਪਹਿਲੇ ਦੋਸ਼ੀ ਗੁਰਪ੍ਰੀਤ ਸਿੰਘ ਕੀ ਆਪਣੀ ਸੋਤੇਲੀ ਮਾਂ ਬਲਜਿੰਦਰ ਕੌਰ ਕੇ ਸਾਥ ਕਿਸੀ ਬਾਤ ਕੋ ਲੇਕਰ ਕਹਾ ਸੁਣੀ ਹੋ ਗਈ ਜਿਸਕੇ ਚਲਤੇ ਦੋਸ਼ੀ ਨੇ ਆਪਣੀ ਸੋਤੇਲੀ ਮਾਂ ਕਾ ਕਤਲ ਕਰ ਦਿਆ ਔਰ ਵਹਾਂ ਸੇ ਜ਼ਰੂਰੀ ਦਸਤਾਵੇਜ਼ ਲੇਕਰ ਫਰਾਰ ਹੋ ਗਿਆ। ਪੁਲਿਸ ਨੇ ਅਬ ਮਾਮਲੇ ਕੋ ਸੁਲਝਾਤੇ ਹੋਏ ਦੋਸ਼ੀ ਕੋ ਗ੍ਰਿਫਤਾਰ ਕਰ ਲਿਆ ਹੈ ਔਰ ਆਗੇ ਕੀ ਕਾਰਵਾਈ ਸ਼ੁਰੂ ਕਰ ਦੀ ਗਈ ਹੈ। ਹੁਸ਼ਿਆਰਪੁਰ ਸੇ ਹਲਚਲ ਕੇ ਲਈ ਅੰਕੁਸ਼ ਗੋਇਲ ਕੀ ਰਿਪੋਰਟ। ਇੱਕ ਤੁਹਾਨੂੰ ਪਤਾ ਕਿ ਟਾਂਡਾ 'ਚ 25 ਤਰੀਕ ਨੂੰ ਇੱਕ ਮਰਡਰ ਇੰਸੀਡੈਂਟ ਰਿਪੋਰਟ ਹੋਇਆ ਸੀਗਾ ਜਿਹਦੇ ਵਿੱਚ ਡਿਸੀਜ਼ਡ ਬਲਜਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਅਤੇ ਇਮੀਡੀਏਟਲੀ ਪੁਲਿਸ ਨੇ ਇਸ 'ਚ ਮੌਕੇ 'ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇੱਕ FIR ਦਰਜ ਕੀਤਾ ਗਿਆ 40 ਨੰਬਰ ਪੁਲਿਸ ਸਟੇਸ਼ਨ ਟਾਂਡਾ 'ਚ 302 ਦੇ ਤਹਿਤ ਅਤੇ ਉਸ 'ਚ ਇਨਵੈਸਟੀਗੇਸ਼ਨ SPD ਸਰਬਜੀਤ ਵਾਹੀਆ ਜੀ ਦੀ ਅਗਵਾਈ ਹੇਠ ਜਿਹੜਾ ਹੈਗਾ ਸਾਡੀ ਟੀਮ ਨੇ DSPD ਇੰਚਾਰਜ CIA DSP ਟਾਂਡਾ ਅਤੇ SHO ਟਾਂਡਾ ਨੇ ਕੀਤੀ ਅਤੇ ਕਾਫ਼ੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਅਤੇ CCTV ਫੁਟੇਜ ਦੇ ਲੀਡਸ ਤੋਂ ਲੈ ਕੇ ਅਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮਰਡਰ ਕੇਸ ਸੀਗਾ ਉਹਨੂੰ ਵਿਦਇਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਅਤੇ ਉਹਨੂੰ ਜਿਹੜਾ ਹੈਗਾ ਕੱਲ੍ਹ ਫਿਰ ਅਰੈਸਟ ਕੀਤਾ ਗਿਆ। ਜਿਹੜਾ ਮੇਨ ਜਿਹੜਾ ਅਕਿਊਜ਼ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਅਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਅਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕ੍ਰਾਈਸਿਸ 'ਚ ਸੀਗਾ ਸੈਟਲ ਨਹੀਂ ਸੀਗਾ ਕਿਸੇ ਜੋਬ 'ਚ ਜਾਂ ਕਿਸੇ ਕੰਮ 'ਚ ਅਤੇ ਵੇਰਜ ਜਿਹੜੀ ਡਿਸੀਜ਼ਡ ਸੀਗੇ ਜਿਹੜੇ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀਗੀ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਹਰ ਰਹਿ ਰਹੇ ਸੀਗੇ ਵਿਦੇਸ਼ 'ਚ ਅਤੇ ਉਹ ਵੀ ਸੈਟਲ ਸੀਗੇ ਅਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਅਤੇ ਉਹ ਕਾਫ਼ੀ ਤੰਗ ਇਸ ਚੀਜ਼ 'ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਜ਼ ਹੈਗੀ ਉਹਨਾਂ ਨੂੰ ਅਤੇ ਇਨ ਬਿਟਵੀਨ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਅਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ 'ਚ ਕੋਈ ਗੱਲਬਾਤ ਹੋਈ ਹੋਣੀ ਅਤੇ ਉਸ ਤੋਂ ਬਾਅਦ ਇਹਨੇ ਗੁੱਸੇ 'ਚ ਆ ਕੇ ਕਤਲ ਨੂੰ ਅੰਜਾਮ ਦਿੱਤਾ। ਇਹ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫ਼ੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਘਰ ਤੋਂ ਲੈ ਕੇ ਚਲਾ ਗਿਆ ਸੀਗਾ ਜਿਹਦੇ ਵਿੱਚ ਵਹੀਕਲਸ ਦੀ RC ਪੈਨ ਕਾਰਡ ਆਧਾਰ ਕਾਰਡ ਹੋਰ ਸਾਰੀ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫ਼ੀ ਸਾਰੀ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਉਦੋਂ ਕੀਤੀ ਹੈਗੀ ਬਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਇਨ ਡਿਟੇਲ ਬਰਾਬਰ ਕੀਤਾ ਗਿਆ। ਉਹਨੇ ਜਿਹੜਾ ਹੈਗਾ ਉੱਥੇ ਇੱਕ ਫੱਟਾ ਜਿਹੜਾ ਹੈਗਾ ਉਹਨੇ ਸਿਰ 'ਤੇ ਮਾਰਿਆ ਪਹਿਲਾਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈਗਾ ਅਤੇ ਉਸ ਤੋਂ ਬਾਅਦ ਉਹਨੇ ਗਲਾ ਦਬਾ ਕੇ ਜਿਹੜਾ ਹੈਗਾ ਉਹ ਕਤਲ ਕੀਤਾ।
जालंधर अमृतसर मुख्य मार्ग पर पराली के बंडलों से भरी एक ट्रॉली हादसाग्रस्त हो जाने के कारण नेशनल हाईवे पर पलट गई, जिस कारण सड़क पर वाहनों की कतारें लग गई। इस संबंध में जानकारी देते हुए ट्रैक्टर चालक गुरसेवक सिंह ने बताया कि एक गड्ढे में टकराने के कारण ट्रैक्टर का एक्सल टूट गया, जिस कारण ये हादसा हुआ है। उसने बताया कि गनीमत ये रही कि इस हादसे में कोई जानी नुकसान नहीं हुआ है। वहीं मौके पर मौजूद स्थानीय निवासी रोहित मेहता ने कहा कि बहुत अधिक ओवरलोड ट्रालियां ढिलवा और ब्यास के हाईटेक नाके से निकलकर यहां से गुजर रही हैं, लेकिन पुलिस कुंभकर्णी नींद सोई हुई है। उन्होंने कहा कि अगर ट्रैक्टर थोड़ा सा भी आगे होता तो ट्रैक्टर चालक की जान जा सकती थी और इसके साथ ही पुल के नीचे से गुजर रहे लोगों का भी भारी नुकसान हो सकता था। इसलिए उन्होंने प्रशासन से अपील की है कि ऐसे ओवरलोड वाहनों पर ट्रैफिक नियमों के अनुसार बनती कार्रवाई की जाए। अमृतसर से हलचल के लिए सुनील खोसला की रिपोर्ट। ਆਹ ਟਰਾਲੀ ਪਹਿਲਾਂ ਜੀ ਢੋ ਉੱਥੇ ਢਿਲਵਾਂ ਤੋਂ ਲੰਘ ਕੇ ਆਈ ਨਾਕੇ ਦੇ ਉੱਤੋਂ, ਨਾ ਤੇ ਉਹਨਾਂ ਨੇ ਰਾਹ 'ਚ ਰੋਕਿਆ, ਮੇਰੇ ਸਿਰ ਦੋ ਟਰਾਲਿਆਂ ਦਾ ਮਾਲ ਆ, ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਵਾ। ਤਾਂ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋਊਗੀ, ਸਾਰੇ ਟਾਇਰ ਘਸੇ ਆ। ਤੇ ਇਹੋ ਜੇ ਥੱਲੇ ਚੱਲ ਜਾਂਦਾ ਤਾਂ ਡਰਾਈਵਰ ਦਾ ਕੀ ਬਣਦਾ? ਲਾਗੋਂ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ, ਉਹਦਾ ਕਿੱਡਾ ਨੁਕਸਾਨ ਹੋਣਾ ਹੈ। ਤੇ ਉਹਦੀ ਜਾਨ ਵੀ ਜਾ ਸਕਦੀ ਸੀ। ਪਹਿਲਾਂ ਟਾਇਰ ਦੀ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ, ਐਕਸਲ ਵੀ ਟੁੱਟ ਗਿਆ ਵਾ। ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜਨ ਬਹੁਤ ਜ਼ਿਆਦਾ ਵਾ ਤੇ ਪੂਰਾ ਟਰਾਲੇ ਦੇ ਉੱਤੇ ਮਾਲ, ਟਰਾਲੇ ਤੋਂ ਵੀ ਵੱਧ ਹੀ ਹੋਣਾ ਵਾ। ਤੇ ਇਹ ਸਿਰਫ ਪੈਸੇ ਆ ਪਿੱਛੇ, ਇਹ ਕੁਛ ਕਰਨ ਦੇ ਆ ਵੀ ਪੈਸੇ ਪਹਿਲਾਂ ਵੇਖ ਲਓ, ਆਪਣੀ ਜਾਨ ਤੇ ਵੇਖ ਲਓ ਨਾਲ। ਇੱਥੇ ਵੇਖੋ ਜੀ, ਪਹਿਲਾਂ ਬਿਆਸ ਵੀ ਹਾਈਟੈਕ ਨਾਕਾ ਵਾ, ਢਿਲਵਾਂ ਵੀ ਹਾਈਟੈਕ ਨਾਕਾ ਵਾ, ਉੱਥੇ ਵੀ ਕੈਮਰੇ ਲੱਗੇ ਆ, ਉਹਦੀ ਰਿਕਾਰਡਿੰਗ ਕਢਾ ਕੇ ਦੇਖ ਲੈਣ। ਉਹ ਵੀ ਅੰਦਰ ਹੀ ਬੈਠੇ ਹੋਏ ਆ, ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ ਵੀ ਇੰਨਾ ਮਾਲ ਭਰਿਆ ਵਾ ਤੇ ਕਿਉਂ ਇਹਨੂੰ ਰੋਕ ਕੇ ਤੇ ਕਿਹਾ ਜਾਵੇ। ਉਹ ਵੀ ਅੰਦਰ ਬੈਠੇ ਹੋਣੇ ਚੁੱਪ ਕਰਕੇ। ਮੈਂ ਫੈਕਟਰੀ ਜੀ ਬੁੱਟਰ। ਕਿਹੜੀ? ਬੁੱਟਰ ਫੈਕਟਰੀ ਆ। ਕਿੱਥੋਂ ਲੱਦਿਆ ਇਹ? ਇਹ ਉੱਚੇ ਪਿੰਡੋਂ ਜੀ। ਕੀ ਕਾਰਨ ਹੋਇਆ ਕਿ ਸਾਈਡ ਸੂਟ ਵੱਜੀ? ਕੀ ਗੱਲ ਹੋ ਗਈ ਆ? ਨਾ ਜੀ, ਟਾਇਰ ਦਾ ਐਕਸਲ ਟੁੱਟ ਗਿਆ ਪਰਲਾ। ਐਕਸਲ ਟੁੱਟ ਗਿਆ? ਹਾਂ ਜੀ, ਟਾਇਰ ਮੁੱਸ ਗਿਆ। ਓਕੇ। ਬ੍ਰੇਕ ਲਾਉਂਦਾ ਸੀਗਾ, ਉੱਧਰੋਂ ਆਉਂਦਾ ਸੀ ਟੈਂਕਰ, ਹੌਲੀ ਹੌਲੀ ਆ। ਸਪੀਡ ਤੁਹਾਡੀ ਤੇਜ਼ ਸੀ ਕਿ ਹੌਲੀ? ਹੌਲੀ ਜੀ ਸੀ, ਇੰਨੀ ਸਪੀਡ ਨਹੀਂ ਸੀ ਕਿਉਂਕਿ ਉਰੇ ਖੱਡਾ ਜੀ ਆ, ਖੱਡੇ ਕਰਕੇ ਮੈਂ ਉੱਧਰੋਂ ਹੌਲੀ ਲਿਆਉਂਦਾ ਸੀ। ਜੇ ਓਵਰਲੋਡ ਟਰਾਲਾ ਚੱਲਦੇ ਆ ਤੇ ਆਹ ਕਾਰਨ ਹੁੰਦੇ ਆ, ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਚ। ਜੇ ਇੰਨਾ ਜ਼ਿਆਦਾ ਮਾਲ ਤੇ ਲੋਡ ਕੀਤਾ ਵੀ ਮਾੜਾ ਜਿਹਾ ਵੀ ਗਿਆ ਤੇ ਕਿਸੇ ਦਾ ਨੁਕਸਾਨ ਕਰ ਸਕਦਾ ਰਸਤੇ 'ਚ, ਇਹ ਬੰਦ ਹੋਣੇ ਚਾਹੀਦੇ। ਵੀ ਇਹ ਟਰਾਲੀ ਦਾ ਮਾਲ ਆ, ਟਰਾਲੇ ਦਾ ਮਾਲ ਆ, ਟਰਾਲੇ ਤੋਂ ਵੀ ਜ਼ਿਆਦਾ, ਅਤੇ ਟਰੱਕ ਤਾਂ ਟਰਾਲੀ 'ਤੇ ਲੋਡ ਕਰਿਆ ਹੋਇਆ। ਬਿਲਕੁਲ ਬਿਲਕੁਲ, ਇਹ ਤਾਂ ਕੁਦਰਤੀ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ, ਬਚਾਅ ਹੋ ਗਿਆ ਅਤੇ ਜਿਹੜਾ ਲਾਗੇ ਹੁੰਦਾ ਉਹ ਗਿਆ ਸੀ, ਕਾਰ ਵੀ ਗਈ, ਬੰਦਾ ਵੀ ਗਿਆ ਸੀ। ਕੀ ਕਹਿ ਸਕਦੇ ਹਾਂ, ਜਾਂ ਇਹਨਾਂ ਨੂੰ ਨਾ ਰੋਕਣਾ ਤਾਂ ਚਾਹੀਦਾ ਪੁਲਿਸ ਨੂੰ, ਕੋਈ ਨਜਾਇਜ਼ ਹੈ। ਇੱਕ ਤੂੜੀ ਵਾਲੇ ਚੌਂਬਾ ਇਹ ਟਰਾਲੀਆਂ ਜਿਹੜੀਆਂ, ਇਹ ਗਲਤ ਆ, ਨਜਾਇਜ਼ ਆ। डॉक्टर को हमेशा ही भगवान का दूसरा रूप समझा जाता है और हमेशा ही डॉक्टर मरीज की जान बचाने के लिए अपनी पूरी जान लगा देते हैं। तो वहीं की ऐसे डॉक्टर भी हैं जिनके द्वारा कुछ पैसे कमाने के लिए किसी की जान को भी जोखिम में डाल दिया जाता है। ऐसा ही एक मामला सामने आया है अमृतसर के एक निजी अस्पताल में, जहां डॉक्टर द्वारा एक व्यक्ति से पैसे ऐंठने के चलते उसे दूसरे डॉक्टर के पास रेफर कर दिया गया और खुद वहां पहुंच गया। वह उसका ऑपरेशन कर मोटे पैसे भी ऐंठ लिए गए, जिसके बाद जिस व्यक्ति का ऑपरेशन डॉक्टर द्वारा किया गया था उसकी टांग रुक जाने के कारण उसके पारिवारिक सदस्यों की ओर से डॉक्टर के खिलाफ मोर्चा खोल दिया गया और जमकर हंगामा किया गया, जिस कारण पुलिस मौके पर पहुंच गई। इस दौरान प्रदर्शनकारियों के साथ पुलिस की तीखी नोकझोंक भी हुई,
जिसके बाद वाल्मीकि समाज के लोगों की ओर से मौके पर पहुंचकर पुलिस के साथ धक्का मुक्की भी की गई। वहीं पुलिस जांच अधिकारी ने कहा कि उनके द्वारा मामले की जांच की जा रही है और परिवार को सरकारी अस्पताल में इसकी रिपोर्ट लेने के लिए कहा गया है। उन्होंने कहा कि अगर रिपोर्ट में कुछ भी गलत पाया गया तो डॉक्टर के खिलाफ भी कार्रवाई जरूर की जाएगी। अमृतसर से हलचल के लिए सुनील खोसला की रिपोर्ट। ਇਹ ਆਪਾਂ ਪਾਪਾ ਦਾ ਕਰਾਇਆ ਸੀ ਅਪਰੇਡ, ਕਿਸ ਟਾਈਮ? ਇਹ ਆਪਾਂ ਨੂੰ 7ਵੇਂ ਮਹੀਨੇ ਦਾ ਕਰਾਇਆ ਸੀ ਅਤੇ ਲਿਗਾਮੈਂਟ ਆਪਾਂ ਇਹਨਾਂ ਤੋਂ ਕਰਾਇਆ ਸੀ ਅਤੇ ਉਹ ਅਪਰੇਡ ਨਾ ਸਹੀ ਨਹੀਂ ਹੋਇਆ ਇਹਨਾਂ ਤੋਂ ਅਤੇ ਉਸ ਸੰਬੰਧ 'ਚ ਆਪਾਂ ਇੱਥੇ ਧਰਨਾ ਲਾਇਆ ਵਾ। ਹੋਸਪਿਟਲ ਨਾਪਰੀ ਤੋਂ ਕਰਾਇਆ ਵਾ ਡਾਕਟਰ ਏ ਵਾਲੇ ਜਿਨ੍ਹਾਂ ਨੇ ਕੀਤਾ ਵਾ, ਉਹਨਾਂ ਨੇ ਇੱਧਰ ਭੇਜਤਾ ਵਾ। ਹਾਂਜੀ, ਉਹਨਾਂ ਦੇ ਮਤਲਬ ਵੀ ਚੱਲਿਆ ਫਿਰਿਆ ਨਹੀਂ ਜਾਂਦਾ ਅਤੇ ਔਖਾ ਹੋ ਗਿਆ ਵਾ। ਹਾਂਜੀ, ਇਹਨਾਂ 3 ਮਹੀਨਾ ਦਾ ਟਾਈਮ ਦਿੱਤਾ ਵੀ 3 ਮਹੀਨਾ ਰੁਕ ਗਿਆ, ਪਰ ਨਹੀਂ ਹਾਲੇ ਤੱਕ ਗੋਡਾ ਮਤਲਬ ਸਟੇਟ ਦਾ ਸਟੇਟ ਹੀ ਮਾਸਾ ਅਰਮਾਨ ਨਹੀਂ ਹੈਗਾ। ਹਾਂਜੀ, ਅੱਜ ਡਾਕਟਰ ਦੇ ਵੱਲੋਂ ਇੱਕ ਨੈਗਲੀਜੈਂਸ ਕੀਤੀ ਗਈ। ਇੱਕ ਸਾਡੇ ਸਮਾਜ ਦਾ ਪਰਿਵਾਰ ਆ ਜੋ ਕਿ ਰੋਜ਼ ਮਿਹਨਤ ਮਜ਼ਦੂਰੀ ਕਰਕੇ ਬੋਰੀਆਂ ਚੁੱਕ ਕੇ ਆਪਣਾ ਪੇਟ ਪਾਲਦਾ ਆ, ਮਿਹਨਤ ਦੀ ਵਜ੍ਹਾ ਦੇ ਨਾਲ ਕਿਤੇ ਲਿਗਾਮੈਂਟ 'ਚ ਦਿੱਕਤ ਆ ਗਈ ਗੋਡੇ ਦੇ ਵਿੱਚ। ਡਾਕਟਰਾਂ ਨਾਲ ਕੰਸਲਟ ਕੀਤਾ, ਨਵਪ੍ਰੀਤ ਦੇ ਵਿੱਚ ਓਪਰੇਸ਼ਨ ਹੋਇਆ ਅਤੇ ਇਸ ਡਾਕਟਰ ਕੀ ਨਾਮ ਮੇਰਾ ਅਨਮੋਲ ਰਤਨ ਡਾਕਟਰ ਨੇ ਉਹਦਾ ਓਪਰੇਟ ਕੀਤਾ। ਡਾਕਟਰ ਕਹਿੰਦਾ ਕਿ ਮੈਂ 4,000 ਰੁਪਇਆ ਫੀਸ ਲਈ ਆ, ਲੇਕਿਨ ਤੂੰ 4,000 ਰੁਪਇਆ ਜਿਹੜੀ ਫੀਸ ਲਈ ਉਹਦਾ ਗੋਡਾ ਖਰਾਬ ਕਰਨ ਦੀ ਲਈ ਸੀ। ਜੇ ਤੇਰੇ ਕੋਲ ਨਹੀਂ ਠੀਕ ਹੋਣਾ ਸੀ ਤਾਂ ਭਾਈ ਸਾਹਿਬ ਤੁਸੀਂ ਹੋਰ ਕਿਸੇ ਡਾਕਟਰ ਨਾਲ ਕੰਸਲਟ ਕਰਵਾਉਂਦੇ, ਲੇਕਿਨ ਤੁਸੀਂ ਗਰੀਬ ਹੋਣ ਦੀ ਵਜ੍ਹਾ ਦੇ ਨਾਲ ਤੁਸੀਂ ਕਿਹਾ ਕਿ ਚਲੋ ਜੀ ਮੇਰਾ ਅੰਡਰ ਟ੍ਰਾਇਲ ਕੋਈ ਟ੍ਰੇਨਿੰਗ ਕਰ ਲੈਂਦਾ ਇਹਦੇ ਉੱਤੇ, ਠੀਕ ਹੋ ਗਿਆ ਤਾਂ ਠੀਕ ਆ, ਨਹੀਂ ਤਾਂ ਇਹਨਾਂ ਪਰਿਵਾਰਾਂ ਨੇ ਕਿੱਥੇ ਰੌਲਾ ਪਾਉਣਾ। ਲੇਕਿਨ ਜਦੋਂ ਪਰਿਵਾਰ 7ਵੇਂ ਮਹੀਨੇ ਓਪਰੇਸ਼ਨ ਕਰਾਉਂਦਾ ਹੈ, ਉਹ ਅੱਜ ਦੀ ਡੇਟ ਤੱਕ ਆ 4th ਮਹੀਨਾ ਹੋ ਗਿਆ ਦੂਸਰੇ ਸਾਲ ਦਾ, ਅਗਲੇ ਸਾਲ ਦਾ, ਅਤੇ ਉਹ ਹਜੇ ਤੱਕ ਉਹਦੀ ਲੱਤ ਬੈਂਡ ਵੀ ਨਹੀਂ ਹੋ ਰਹੀ, ਚੱਲ ਵੀ ਨਹੀਂ ਪਾ ਰਿਹਾ। ਜੋ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਸਰੀਰ ਦੀਆਂ, ਉਹ ਵੀ ਉਹ ਬੜੀ ਮੁਸ਼ਕਲ ਨਾਲ ਕਰ ਪਾ ਰਿਹਾ। ਅਤੇ ਉਸ ਤੁਸੀਂ ਸੋਚ ਸਕਦੇ ਹੋ ਕਿ ਉਹ ਜਿਹੜਾ ਹੁਣ ਮਿਹਨਤ ਮਜ਼ਦੂਰੀ ਉਹ ਕਿਸ ਤਰ੍ਹਾਂ ਕਰੇਗਾ? ਉਹ ਜਿਹੜਾ 550-400 ਰੁਪਇਆ ਦਿਹਾੜੀ ਲੈਂਦਾ ਸੀ, ਉਹ ਦਿਹਾੜੀ ਕਿਸ ਤਰ੍ਹਾਂ ਉਹਦੇ ਘਰ ਆਊਗੀ? ਡਾਕਟਰ ਸਾਹਿਬ ਨੇ ਤਾਂ ਆਪਣਾ ਓਪਰੇਸ਼ਨ ਕਰਕੇ 4,000 ਰੁਪਇਆ ਫੀਸ ਲੈ ਲਈ, ਲੇਕਿਨ ਉਹਨੂੰ ਪੂਰੇ ਉਮਰ ਲਈ ਬੰਦੀ ਕਰ ਦਿੱਤਾ। ਮਸਲਾ ਇੰਨਾ ਕੁ ਸੀ, ਲੇਕਿਨ ਡਾਕਟਰ ਕੀ ਕਹਿ ਰਿਹਾ ਕਿ ਡਾਕਟਰ ਕਹਿੰਦਾ ਕਿ ਮੈਂ ਨਹੀਂ ਜਾਣਦਾ, ਤੁਸੀਂ ਨਵਪ੍ਰੀਤ ਨਾਲ ਗੱਲ ਕਰੋ। ਓਪਰੇਸ਼ਨ ਹੋਇਆ ਸੀ ਜੀ, ਅਤੇ ਹੁਣ ਉਹਨਾਂ ਗੋਡਾ ਹੋ ਗਿਆ ਜਾਮ, ਅਤੇ ਕਹਿੰਦੇ ਸਾਨੂੰ ਪੈਸੇ ਦਿਓ। ਇਹ ਕਦੋਂ ਦਾ ਹੋਇਆ ਸੀ? 2 ਮਹੀਨੇ ਪਹਿਲਾਂ। ਉਦੋਂ ਕਿੰਨੇ ਪੈਸੇ ਲੱਗੇ ਸੀ? ਤੁਹਾਨੂੰ ਪਤਾ ਹੀ ਨਹੀਂ, ਨਵਪ੍ਰੀਤ ਹਸਪਤਾਲ ਹੋਇਆ ਨਾ, ਅਤੇ ਤੁਹਾਡੇ ਬਾਅਦ ਧਰਨਾ ਕਿਉਂ ਲਾਉਂਦੇ? ਉੱਥੇ ਡਾਕਟਰ ਸਾਹਿਬ ਨੇ ਕੀਤਾ ਹੋਣਾ ਓਪਰੇਸ਼ਨ ਜਾ ਕੇ। ਅੱਛਾ, ਇੱਥੋਂ ਦੇ ਡਾਕਟਰ ਸਾਹਿਬ ਨੇ ਉੱਥੇ ਓਪਰੇਸ਼ਨ ਕੀਤਾ? ਯੈਸ, ਤਾਂ ਕਰਕੇ ਤਾਂ ਉਹ ਡਾਕਟਰ ਸਾਹਿਬ ਕੋਲ ਨੇ ਜਿਨ੍ਹਾਂ ਨੇ ਕੀਤਾ ਓਪਰੇਸ਼ਨ? ਨਹੀਂ, ਉਹ ਡਾਕਟਰ ਸਾਹਿਬ ਕਿੱਥੇ ਨਹੀਂ ਆ ਸਕਦੇ? ਅੱਗੇ ਨਾ ਆ ਜਾਣਗੇ ਸਰ। ਆਪਣੇ ਬਾਰੇ ਜਾਣਕਾਰੀ ਦੇ ਦਿਓ, ਕਿਹੜਾ ਹਸਪਤਾਲ ਹੈ, ਤੁਹਾਡਾ ਨਾਮ ਕੀ ਹੈ? ਮੈਂ ਡਾਕਟਰ ਸੁਨੰਦਰ ਨਾ ਅਰੋਗਿਆ ਹਸਪਤਾਲ। ਠੀਕ, ਅਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਜੇ ਤੁਸੀਂ ਗੱਲ ਕਰਨ ਲਈ ਪਰਿਵਾਰ ਮੈਂਬਰ ਕੇ ਗਏ ਤਾਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਅੰਦਰ? ਇਹ ਵੀ ਆਰੋਪ ਲਗਾਇਆ, ਬੰਦਕ ਬਣਾ ਲਿਆ, ਉਹ ਆਰੋਪ ਲਗਾ ਰਹੇ ਨੇ ਤੁਹਾਡੇ ਵੱਲੋਂ ਕੀ ਹੈ? ਪੇਸ਼ੈਂਟ ਓਪਰੇਸ਼ਨ ਹੀ ਨਹੀਂ ਹੋਇਆ ਇੱਥੇ। ਅੱਛਾ ਜੀ, ਠੀਕ ਹੈ, ਓਪਰੇਸ਼ਨ ਦਾ ਨਵਪ੍ਰੀਤ ਹਸਪਤਾਲ ਹੋਇਆ। ਓਕੇ, ਚਲੋ ਡਿਮਾਂਡਿੰਗ ਮਨੀ। किसान संघर्ष के मद्देनजर पंजाब कांग्रेस के निमंत्रण पर पूर्व विधायक हरप्रताप सिंह अचनाला द्वारा अचनाला से अमृतसर हाईवे तक सैकड़ों ट्रैक्टरों के साथ किसान बचाव मार्च निकाला गया। इस मौके पर पूर्व विधायक हरप्रताप सिंह अचनाला ने कहा कि पंजाब प्रभारी यादव और राजा वड़िंग के आदेश पर किसान बचाव मार्च निकाला जा रहा है, जिसमें अलग अलग गांवों से किसान सैकड़ों ट्रैक्टर लेकर इस मार्च का हिस्सा बने हैं। उन्होंने कहा कि वे सरकार से कहना चाहते हैं कि किसानों पर लगातार अत्याचार हो रहा है जो असहनीय है। वहीं उन्होंने कहा कि एक तरफ किसानों के उत्थान की बात हो रही है और दूसरी तरफ पंजाब के किसानों पर गोलियां चलाई जा रही हैं। ऐसा लगता है कि ये दिल्ली की सीमा नहीं बल्कि पाकिस्तान की सीमा है। उन्होंने कहा कि वे अपनी कांग्रेस पार्टी की ओर से प्रधानमंत्री मोदी को चेतावनी देते हैं और पार्टी से अनुरोध है कि वे बॉर्डर पर बैठे किसानों की जायज़ मांगों पर विचार करें।
ताकि वे अपने घरों को लौट सके, अन्यथा उन्हें एक बड़ा संघर्ष करने के लिए मजबूर होना पड़ेगा। अमृतसर से हलचल के लिए सुनील खोसला की रिपोर्ट। आज साढ़े बहुत सत्कारयोग प्रधान राजा वड़िंग जी की हदायतों के अनुसार अज अजनाले हल्के जिहड़ा रोस की तरह असी ट्रैक्टर मार्च कढ रहे हैं, जो हदायतों उत्तों आईया सानू जिहड़ा धक्का बीजेपी सेंटर सरकार नाल हरियाणे की सरकार कर रही है साढ़े किसान वीरां ते उहदे विरोध च ते उन्हां दा साथ देण लई असी सारे इत्थे पहुंचे हाँ। ਜਿੰਨੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹ ਇੱਥੇ ਆਏ ਨੇ, ਆਪਣੇ ਆਪਣੇ ਟਰੈਕਟਰ ਪਿੰਡਾਂ ਤੋਂ ਲੈ ਕੇ ਆਏ ਨੇ, ਨਾਲ ਸਾਥੀ ਆਏ ਨੇ, ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਉੱਥੇ ਇੱਕ ਵਾਰ ਫਿਰ ਮੈਂ ਅਪੀਲ ਵੀ ਕਰਦਾ ਬੀਜੇਪੀ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਕਿ ਜਿਹੜੇ ਵਾਅਦੇ ਤੁਸੀਂ ਕੀਤੇ ਸੀਗੇ, ਕੋਈ ਬਹੁਤੀਆਂ ਜ਼ਿਆਦੀਆਂ ਮੰਗਾਂ ਨਹੀਂ ਰੱਖੀਆਂ, ਜੋ ਤੁਸੀਂ ਹਾਂ ਕੀਤੀ ਸੀ ਜਿਸ ਗੱਲ ਨੂੰ ਉਹ ਤੁਸੀਂ ਲਾਗੂ ਕਰ ਦਿਓ। MSP ਜਿਹੜੀ ਹੈ ਮੰਗ ਸਾਡੇ ਕਿਸਾਨ ਵੀਰਾਂ ਦੀ, ਉਹਨੂੰ ਲਾਗੂ ਕਰ ਦਿਓ। ਸਵਾਮੀਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟਾਂ ਨੇ ਉਹ ਤੁਸੀਂ ਲਾਗੂ ਕਰ ਦਿਓ। ਬਸ ਆਹ ਹੀ ਮੰਗਾਂ ਨੇ ਕਿਸਾਨ ਵੀਰਾਂ ਦੀਆਂ, ਅਤੇ ਜਿਹੜਾ ਤਸ਼ੱਦਦ ਹੈ ਵਿਰੋਧ, ਉਹਦਾ ਵਿਰੋਧ ਅਸੀਂ ਅੱਜ ਜ਼ਰੂਰ ਕਰਾਂਗੇ। ਅਤੇ ਅਸੀਂ ਬੜੇ ਪੀਸਫੁਲੀ ਤੌਰ ਨਾਲ ਅਸੀਂ ਆਪਣੇ ਟਰੈਕਟਰ ਲੈ ਕੇ ਅਜਨਾਲੇ ਦੇਸ਼ ਵਿੱਚੋਂ ਲੰਘ ਕੇ ਅੱਗੇ ਤੱਕ ਅਸੀਂ ਜਾਣਾ। ਜੋ ਪਾਰਟੀ ਦਾ ਪ੍ਰੋਗਰਾਮ ਆ ਪੂਰਾ ਭੁਗਤਾਵਾਂਗੇ, ਜਿਹੜੀਆਂ ਡਿਊਟੀਆਂ ਲੱਗਣਗੀਆਂ ਅਸੀਂ ਪਹਿਲ ਦੇ ਆਧਾਰ 'ਤੇ ਕਿਸਾਨਾਂ ਦੇ ਨਾਲ ਅਸੀਂ ਖਲੋਤੇ ਹਾਂ। ਇਹਨਾਂ ਹੀ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ। ਸਾਨੂੰ ਸਾਡੇ ਪ੍ਰਭਾਰੀ ਯਾਦਵ ਜੀ ਦਾ ਦੇਸ਼ ਸੀ, ਰਾਜਾ ਵੜਿੰਗ ਅਮਰਿੰਦਰ ਸਿੰਘ ਜੀ ਦਾ ਆਦੇਸ਼ ਸੀ ਭਾਈ ਕਿਸਾਨੀ ਦੇ ਵਿੱਚ ਜੋ ਸੰਕਟ ਇਸ ਵਿੱਚ ਚੱਲ ਰਿਹਾ ਅਤੇ ਜੋ ਹਾਲਾਤ ਮੋਰਚੇ ਦੇ ਹੋਏ ਨੇ ਉਹ ਸ਼ੰਭੂ ਬਾਰਡਰ 'ਤੇ, ਖਨੌਰੀ ਬਾਰਡਰ 'ਤੇ, ਔਰ ਜਿੰਨਾ ਧੱਕਾ ਕੀਤਾ ਆ BJP ਸਰਕਾਰ ਮੋਦੀ ਨੇ ਅਤੇ ਨਾਲ ਖੱਟੜ ਦੇ ਥਰੂ ਹਰਿਆਣੇ ਦੀ ਸਰਕਾਰ ਨੇ, ਇਹ ਨਾ ਅਸੀਂ ਕਦੀ ਤਸ਼ੱਦਦ ਵੇਖਿਆ ਸੀ ਅਤੇ ਨਾ ਕਦੀ ਹੋਇਆ ਸੀ। ਇੰਜ ਜਾਪਦਾ ਭਾਈ ਅਸੀਂ ਆਪਣੀ ਧਰਤੀ 'ਤੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਭਾਈ ਜਿਕੂ ਅਸੀਂ ਸਾਨੂੰ ਪਾਕਿਸਤਾਨ ਦਾ ਬਾਰਡਰ ਬਣਾ ਕੇ ਉਹਨਾਂ ਰੱਖਤਾ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ, ਉਹਦਾ ਕੋਈ ਹੱਕ ਨਹੀਂ ਭਾਈ ਉਹ ਟ੍ਰੈਫਿਕ ਨੂੰ ਦਿੱਲੀ ਤੱਕ ਜਾਂ ਕਿਤੇ ਦਿੱਲੀ ਤੋਂ ਅੱਗੇ ਤੱਕ ਰੋਕ ਸਕੇ। ਇਹ ਜੋ ਕੀਤਾ ਖੱਟੜ ਨੇ ਕੀਤਾ, ਮੋਦੀ ਦੇ ਕਹਿਣ 'ਤੇ ਕੀਤਾ। ਔਰ ਮੈਂ ਇੱਕ ਗੱਲ ਕਹਿ ਦਿਆਂ, ਮੈਂ ਮੋਦੀ ਸਾਹਿਬ ਨੂੰ ਚੇਤਾਵਨੀ ਦੇਣਾ ਚਾਹੁੰਦਾ, ਜਦੋਂ ਲੋੜ ਪੈਂਦੀ ਆ ਕਿਸਾਨ ਦੀ ਤਾਂ ਤੁਸੀਂ ਉਹਨੂੰ ਵਰਤਦੇ ਹੋ, ਤੁਸੀਂ ਆਵਾਜ਼ ਦਿੰਦੇ ਹੋ ਸਾਨੂੰ ਨਾ ਚਾਹੀਦਾ। ਕਣਕ ਅਸੀਂ ਪੈਦਾ ਕਰਦੇ ਹਾਂ, ਝੋਨਾ ਅਸੀਂ ਕਰਦੇ ਹਾਂ, ਮੱਕੀ ਅਸੀਂ ਕਰਦੇ ਹਾਂ, ਕਪਾਹ ਅਸੀਂ ਕਰਦੇ ਹਾਂ, ਅਤੇ ਜਦੋਂ ਅਸੀਂ ਮਾਮੂਲੀ ਜੀ ਗੱਲ ਮੰਗਦੇ ਹਾਂ ਵੀ ਸਾਨੂੰ MSP ਦੇ ਦਿਓ, ਤਾਂ ਤੁਸੀਂ ਸਾਨੂੰ ਜਿਹੜੀਆਂ ਡਾਂਗਾਂ ਵੀ ਚਲਾਉਂਦੇ ਜੇ ਅਤੇ ਗੋਲੀਆਂ ਵੀ ਚੱਲੀਆਂ। ਐਤਕੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਵੀ ਜਿਹੜਾ ਕਿਸਾਨਾਂ 'ਤੇ ਗੋਲੀਆਂ ਚੱਲੀਆਂ ਨੇ, ਇਹ ਕਦੀ ਹੋਇਆ ਨਹੀਂ ਸੀ। ਪੰਜਾਬ ਸਰਕਾਰ ਕੀ ਔਰ ਸੇ ਸੰਗਰੂਰ ਮੇਂ ਤਕਰੀਬਨ ਸਾਤ ਜ਼ਿਲ੍ਹੋਂ ਕੇ NRI ਜੋ ਕਿ ਪੰਜਾਬ ਸੇ ਵਿਦੇਸ਼ ਗਏ ਹੋਏ ਹੈ, ਉਨਕੀ ਮੁਸ਼ਕਿਲੇ ਸੁਨੀ ਗਈ, ਜਿਸ ਮੇਂ ਪੰਜਾਬ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਔਰ ਸਭੀ ਜ਼ਿਲ੍ਹੋਂ ਕੇ ਪ੍ਰਸ਼ਾਸਨ ਕੇ ਅਧਿਕਾਰੀ ਮੌਜੂਦ ਰਹੇ। ਇਸ ਕੋ ਲੇਕਰ NRI ਭਾਈਓਂ ਕਾ ਕਹਿਣਾ ਥਾ ਕਿ ਐਸੀ ਮਿਲਨੀ ਵਰਸ਼ ਮੇਂ ਦੋ ਬਾਰ ਹੋਣੀ ਚਾਹੀਏ, ਯੇ ਇੱਕ ਅੱਛਾ ਕਦਮ ਹੈ। ਇਸ ਮੌਕੇ ਪਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੀ ਸਰਕਾਰ ਕੀ ਔਰ ਸੇ ਪਿਛਲੇ ਵਰਸ਼ 5 NRI ਮਿਲਨੀ ਕੇ ਸਮਾਗਮ ਰੱਖੇ ਗਏ ਥੇ, ਜਿਸਮੇਂ ਉਹਨੇ ਉਨਕੀ ਮੁਸ਼ਕਿਲੇ ਸੁਨੀ ਥੀ ਔਰ ਉਸ ਸਮੇਂ ਉਹਨੇ ਕੁੱਲ 605 ਸ਼ਿਕਾਇਤੇ ਮਿਲੀ ਥੀ, ਵਹ ਜਿਸਮੇਂ ਸੇ ਉਹਨੇ 597 ਸ਼ਿਕਾਇਤੋਂ ਕੋ ਹੱਲ ਕਰ ਦਿਆ। ਵੀ ਉਹਨੇ ਕਿਹਾ ਕਿ ਉਹਨੇ ਕਈ NRI ਮਿਲਨੀ ਕੇ ਸਮਾਗਮ ਰੱਖੇ ਹੈ ਔਰ ਸੰਗਰੂਰ ਮੇਂ ਤਕਰੀਬਨ 7 ਜ਼ਿਲ੍ਹੋਂ ਕੇ NRI ਆਪਣੀ ਮੁਸ਼ਕਿਲੇ ਲੇਕਰ ਯਹਾਂ ਆਏ ਹੈ, ਵਹ ਉਹਨੇ ਸਭੀ ਕੀ ਬਾਤ ਸੁਨੀ ਹੈ। ਅਭੀ ਉਨਕੇ ਪਾਸ 99 NRI ਆਪਣੀ ਮੁਸ਼ਕਿਲੇ ਲੇਕਰ ਆਏ ਹੈ, ਇਨਮੇਂ ਸੇ ਜ਼ਿਆਦਾਤਰ ਲੋਕੋਂ ਕੀ ਮੁਸ਼ਕਿਲੋਂ ਕਾ ਹੱਲ ਮੌਕੇ ਪਰ ਹੀ ਕਰ ਦਿਆ ਗਿਆ ਹੈ ਔਰ ਕੁਛ ਐਸੀ ਸ਼ਿਕਾਇਤੇਂ ਥੀ ਜੋ ਕਿ 20 ਸੇ 25 ਦਿਨ ਮੇਂ ਹੱਲ ਹੋਣੇ ਵਾਲੀ ਹੈ।
उनके लिए समय दिया गया है। संगरूर से हलचल के लिए जसवीर मान की रिपोर्ट। पहले तो ਤੁਹਾਡਾ ਸਾਰਿਆਂ ਦਾ ਮੀਡੀਆ ਵਾਲੇ ਦੋਸਤਾਂ ਦਾ ਤੁਸੀਂ ਟਾਈਮ ਕੱਢ ਕੇ ਆਇਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਡਾ NRI ਡਿਪਾਰਟਮੈਂਟ ਜਿਹੜਾ ਦੁਨੀਆ ਭਰ ਦੇ ਵਿੱਚ ਵੱਸਦੇ ਜਿਹੜੇ ਸਾਡੇ NRI ਦੇ ਜਿਹੜੇ ਪੰਜਾਬ ਦੀ ਰੀੜ੍ਹ ਦੀ ਹੱਡੀ ਨੇ ਉਹਨਾਂ ਤੋਂ ਬਿਨਾਂ ਪੰਜਾਬ ਨੂੰ ਦੇਖਣਾ ਜਾਂ ਪੰਜਾਬ ਬਾਰੇ ਸੋਚਣਾ ਬਹੁਤ ਮੁਸ਼ਕਲ ਹੈ। ਮਾਨ ਸਾਹਿਬ ਨੇ ਨਿਰਦੇਸ਼ ਦਿੱਤੇ ਆ ਕਿ ਕੋਈ ਵੀ NRI ਪੰਜਾਬ 'ਚ ਆਉਂਦਾ ਤਾਂ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਅਸੀਂ ਪਿਛਲੇ ਸਾਲ ਵੀ 5 NRI ਮਿਲਣੀਆਂ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ। ਔਰ ਉਸ ਸਮੇਂ ਸਾਡੇ ਕੋਲ 605 ਕੇਸ ਆਏ ਸੀਗੇ ਜਿਸ 'ਚੋਂ ਅਸੀਂ 597 ਕੇਸ ਜਿਹੜੇ ਉਹ ਹੱਲ ਕਰ ਦਿੱਤੇ ਸੀਗੇ। ਇਸ ਸਾਲ ਅਸੀਂ 4 NRI ਮਿਲਣੀਸ ਕੀਤੀਆਂ। ਪਹਿਲੀ ਮਿਲਣੀ ਜਿਹੜੀ 3 ਫਰਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਪਠਾਨਕੋਟ ਦੇ ਵਿੱਚ ਉਸ ਮਿਲਣੀ ਦਾ ਉਦਘਾਟਨ ਕੀਤਾ, ਉਹ ਆਪ NRI ਤੋਂ ਮਿਲੇ। ਉਹ ਤੋਂ ਬਾਅਦ ਨਵਾਂਸ਼ਹਿਰ ਕੀਤੀ, ਉਹ ਤੋਂ ਬਾਅਦ ਫਿਰੋਜ਼ਪੁਰ ਕੀਤੀ ਅਤੇ ਅੱਜ ਸੰਗਰੂਰ ਕੀਤੀ। ਐਤਕਾ ਅਸੀਂ 4 ਹੀ NRI ਮਿਲਣੀ ਕਰਨੀਆਂ ਸੀਗੀਆਂ। ਸੋ ਅੱਜ ਸਾਡੇ ਕੋਲ 89 ਕੇਸ ਇੱਥੇ ਆਏ। ਅੱਜ ਸਾਡੇ ਕੋਲ 7-8 ਜ਼ਿਲ੍ਹੇ ਸੀਗੇ, 89 ਕੇਸ ਜਿਹੜੇ ਸਾਡੇ ਕੋਲ ਆਏ ਆ। ਕੁਛ ਤਾਂ ਬਹੁਤ ਛੋਟੇ ਛੋਟੇ ਸੀਗੇ, ਉਹਨਾਂ ਦਾ ਤਾਂ ਉਸੇ ਲਈ ਨਿਪਟਾਰਾ ਲਗਭਗ ਹੋ ਗਿਆ। ਕੁਛ ਕੇਸ ਇੱਦਾਂ ਦੇ ਆ ਜਿਹੜੇ ਥੋੜ੍ਹਾ ਟਾਈਮ ਲੱਗੂਗਾ, 10-15-20 ਦਿਨ, ਪਰ ਸਾਡੀ ਕੋਸ਼ਿਸ਼ ਆ ਕਿ ਮਾਰਚ ਦੇ ਵਿੱਚ ਵਿੱਚ ਸਾਰੇ ਕੇਸ ਜਿਹੜੇ ਆ ਉਹ ਅਸੀਂ ਹੱਲ ਕਰ ਲਈਏ। ਕਿਉਂਕਿ ਮਾਨ ਸਾਹਿਬ ਨੇ ਸਾਨੂੰ ਇਹ ਵੀ ਨਿਰਦੇਸ਼ ਦਿੱਤੇ ਆ ਕਿ ਜਦੋਂ NRI ਆਉਂਦਾ ਤਾਂ ਉਹਨਾਂ ਦੀ ਟਿਕਟ ਚੈੱਕ ਕਰਨੀ ਆ ਵੀ ਉਹਨਾਂ ਨੇ ਕਦੋਂ ਵਾਪਸ ਜਾਣਾ। ਵਾਪਸ ਜਾਣ ਤੋਂ ਪਹਿਲਾਂ ਜਿਹੜਾ ਉਹ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ। ਸੋ ਅਸੀਂ ਸਾਰੇ ਜਿੰਨੇ ਜ਼ਿਲ੍ਹੇ ਸੀ ਅੱਜ ਸਾਰਿਆਂ ਦੇ SSP, SP, DC, ADC, SDM, DRO ਸਾਰੇ ਅਫਸਰ ਸੀਗੇ ਸੰਬੰਧਿਤ ਜ਼ਿਲ੍ਹਿਆਂ ਦੇ, ਸਭ ਨੂੰ ਮਤਲਬ ਇਹ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਅੱਜ ਜਿੰਨੀਆਂ ਸਮੱਸਿਆਵਾਂ ਆਈਆਂ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ। ਅੱਜ ਮੈਂ ਮੇਰੀ ਜ਼ਮੀਨ ਦਾ ਜਿਹੜਾ ਇੰਤਕਾਲ, ਮੇਰੀ ਪ੍ਰੋਪਰਟੀ ਮੇਰੇ ਨਾਂ 'ਤੇ ਇੰਤਕਾਲ ਹੋਇਆ ਹੋਇਆ, ਗਲਤ ਨਾਂ 'ਤੇ ਟ੍ਰਾਂਸਫਰ ਕਰਤਾ ਅਤੇ ਰੈਵਨਿਊ ਡਿਪਾਰਟਮੈਂਟ ਦੀ ਮਿਲੀ ਭੁਗਤਣਾ। ਹਾਂਜੀ, ਮੇਰੇ ਨਾਂ 'ਤੇ ਇੰਤਕਾਲ ਨੰਬਰ 7200, ਡੇਟ ਮੈਨੂੰ ਯਾਦ ਨਹੀਂ ਹੈ, ਲੁਧਿਆਣੇ ਵਿਖੇ ਉਹ ਮਨਜ਼ੂਰ ਹੋਇਆ ਪਿਆ। ਜਦ ਉਸ ਨੂੰ ਇੰਪਲੀਮੈਂਟ ਕੀਤਾ 2005-06 ਦੀ ਜਮ੍ਹਾਂਬੰਦੀ ਵਿੱਚ ਮੇਰਾ ਨਾਂ ਬਦਲ ਕੇ ਗੁਰਸੋਹਣ ਸਿੰਘ ਦੀ ਜਗ੍ਹਾ ਗੁਰਮੋਹਣ ਸਿੰਘ ਕਰ ਦਿੱਤਾ ਗਿਆ। ਔਰ ਮੈਂ ਹਰ ਸਾਲ ਆਉਣਾ ਇੱਥੇ, ਧੱਕੇ ਖਾ ਕੇ ਤੁਰ ਜਾਂਦਾ, ਕਦੇ SDM ਦੇ, ਕਦੇ DC ਦੇ, ਕਦੇ ਕਿਸੇ ਦੇ, ਕੋਈ ਸੁਣਵਾਈ ਨਹੀਂ ਸੀ ਹੋਈ। ਹੁਣ ਅੱਜ ਮੈਨੂੰ ਪਤਾ ਲੱਗਿਆ ਸੀ ਵੀ NRI ਮੀਟਿੰਗ ਆ ਅਤੇ ਮੈਂ ਇੱਥੇ ਆਇਆ। ਮੰਤਰੀ ਸਾਹਿਬ ਨੇ ਮੇਰੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਗੱਲਬਾਤ ਸੁਣੀ ਔਰ DRO ਲੁਧਿਆਣੇ ਨੂੰ ਹਦਾਇਤ ਕੀਤੀ ਕਿ 31 ਮਾਰਚ ਤੱਕ ਇਹ ਦੁਰਸਤੀ ਹੋਣੀ ਚਾਹੀਦੀ ਆ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਮੈਂ ਇਸ ਤੋਂ ਬਹੁਤ ਸੰਤੁਸ਼ਟ ਹਾਂ। ਇਸ ਮਸਲੇ ਦੇ ਵਿੱਚ ਮੇਰੇ ਮਸਲੇ ਨੂੰ ਹੱਲ ਕਰਨ ਵਾਸਤੇ ਗਹਿਰਾਈ ਤੱਕ ਜਿਹੜਾ NRI ਪੁਲਿਸ ਸਟੇਸ਼ਨ ਜਗਰਾਓਂ ਦੇ ਮੈਡਮ ਜਸਵੀਰ ਕੌਰ ਨੇ ਔਰ ਉਹਨਾਂ ਦੇ ਸਟਾਫ ਨੇ ਬੜੀ ਮਿਹਨਤ ਨਾਲ ਸ਼ੁਰੂ ਤੋਂ ਟਰੇਸ ਕੀਤਾ ਇਹ ਕੇਸ ਵਿੱਚ ਕਿੱਥੇ ਗਲਤੀ ਹੋਈ।
ਪੰਜਾਬ ਕੇ ਪਹਿਲੇ ਸਿੱਧ ਮਾਂ ਬੰਗਲਾ ਮੁਖੀ ਜੀ ਕੇ ਸਥਾਨ ਮਾਂ ਬੰਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਮਾ ਪਿੰਡ ਚੌਂਕ ਜਲੰਧਰ ਮੇਂ ਮਾਂ ਬੰਗਲਾ ਮੁਖੀ ਜੀ ਕੇ ਨਿਯਮਿਤ ਸ਼ੰਖਲਾਬੱਧ ਸਪਤਾਹਿਕ ਦਿਵਯ ਹਵਨ ਯੱਗ ਕਾ ਆਯੋਜਨ ਕੀਆ ਗਿਆ। ਸਰਵ ਪ੍ਰਥਮ ਬ੍ਰਾਹਮਣੋ ਦੁਆਰਾ ਪੰਚੋਪਚਾਰ ਨਵਗ੍ਰਹਿ ਸ਼ੋਡਸ਼ੋਪਚਾਰ ਗੌਰੀ ਗਣੇਸ਼ ਏਵਮ ਕੁੰਭ ਪੂਜਨ ਇਤਿਆਦਿ ਸੰਪੰਨ ਕਰ ਮੁਖ ਯਜਮਾਨ ਬਲਜਿੰਦਰ ਸਿੰਘ ਸੇ ਸਭ ਪਰਿਵਾਰ ਪੂਜਾ ਅਰਚਨਾ ਕਰਵਾਈ ਗਈ। ਤੋ ਵਹੀ ਮਾਂ ਬੰਗਲਾ ਮੁਖੀ ਧਾਮ ਮੇਂ ਹਵਨ ਯੱਗ ਉਪਰੰਤ ਧਾਮ ਕੇ ਮੁਖ ਸੇਵਾਦਾਰ ਨਵਜੀਤ ਭਾਰਦਵਾਜ आए हुए मां भक्तों से अपने विचार व्यक्त करते हुए कहा कि अध्यात्म के अलग अलग मार्ग हैं, भक्ति का मार्ग, अनुभव का मार्ग और ज्ञान का मार्ग। वहीं उन्होंने कहा कि भक्ति का मार्ग ईश्वरवादी मार्ग है, इस मार्ग से ब्रह्म की प्राप्ति संभव है। भक्ति मार्ग वह है जहां हमें विश्वास करना पड़ता है। भगवान अलग अलग धर्मों के हिसाब से अलग अलग हो सकते हैं, धर्मों को लेकर विविधता भी है, सर्वाधिक विविधता भारत में है, लेकिन इस विविधता के बीच भी भक्ति मार्ग से ईश्वर की प्राप्ति संभव है, लेकिन इसके लिए विश्वास जरूरी है। ये बात माँ बंगला मुखी धाम के प्रेरक प्रवक्ता नवजीत भारद्वाज जी ने उपस्थित माँ भक्तों को संबोधित करते हुए कही। इस अवसर पर राकेश प्रभाकर, समीर कपूर, एडवोकेट राजकुमार, अशोक कुमार, अवतार सैनी, अभिलक्ष्य चुग, उदय, नवदीप, अजीत कुमार, संजय, संजीव शर्मा, दिशांत शर्मा, बाबा खन्ना, राकेश राणा, प्रताप सिंह, पूनम प्रभाकर, सरोज वाला, रिंकू सैनी, केतन शर्मा, ईशु वर्मा, सुभाष डोगरा, विकी नाहर, जगदीश वर्मा भी मौजूद रहे। वहीं हवन यज्ञ उपरांत विशाल लंगर भंडारे का आयोजन भी किया गया। जालंधर से हलचल के लिए कैमरामैन सुरेंद्र बाबा की रिपोर्ट। अज माँ बगला मुखी धाम जो कि गुलमोर सिटी लम्मा पिंड चौंक के को स्थित है, उत्थे माँ के इस भव्य मंदिर के अलौकिक हवन यज्ञ किया गया, जिहड़ा कि हर वीरवार लगातार किया जाता है। उस कड़ी के नवी कड़ी जी है जुड़ी हैगी है, जिहड़ा वीरवार का हवन यज्ञ किया गया। इतने भगत जिहड़े स्वीट ने जिहड़े मंदिर परिसर में पहुँच गए थे और उन्होंने महामारी का आशीर्वाद प्राप्त किया। इतने मैं एक होर गल कहनी चाहवागा कि माँ बगला मुखी धाम के शनि नवग्रह मंदिर जिहड़ा स्थापित हो रहा है, सारे भक्तों को बेनती की जाती है कोई भी जिहड़ा उहदे विच दान देना चाहता होवे, सरीए का, पैसे का, सीमट का, कोई भी दान देना चाहता होवे कि वह भगत जिहड़ा वह मंदिर परिसर के संपर्क कर सकता है और ਵੱਧ ਚੜ੍ਹ ਕੇ ਦਾਨ ਦਿਓ ਤਾਂ ਕਿ ਜਿਹੜਾ ਮੰਦਰ ਜਿਹੜਾ ਵਧੀਆ ਤੋਂ ਵਧੀਆ ਬਣਾਇਆ ਜਾਂਦਾ। ਜੈ ਮਾਂ ਬਗਲਾ ਮੁਖੀ। ਜਕਾਰਾ ਬਗਲਾ ਮੁਖੀ ਮਾਤਾ ਜੀ ਦਾ, ਬੋਲ ਸਾਚੇ ਦਰਬਾਰ ਕੀ ਜੈ। ਜੈ ਮਾਂ ਬਗਲਾ ਮੁਖੀ ਜੀ। ਮਾਂ ਬਗਲਾ ਮੁਖੀ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਚਰਾਚਰ ਜਗਤ ਚੱਲਦਾ ਹੈ ਔਰ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਆਪਣੇ ਭਗਤਾਂ 'ਤੇ ਸ਼ੀਘਰ ਅਤਿ ਸ਼ੀਘਰ ਮਿਲਦੀ ਹੈ, ਐਸੀ ਜਗਦੰਬਾ ਦੇ ਚਰਣਾਂ ਦੇ ਵਿੱਚ ਸਾਡਾ ਬਾਰੰਬਾਰ ਪ੍ਰਣਾਮ ਹੈ। ਮਾਂ ਬਗਲਾ ਮੁਖੀ ਜੀ ਦੇ ਨਿਮਿੱਤ ਜਿਹੜਾ ਨਿਸ਼ੁਲਕ ਹਵਨ ਯੱਗ ਹਰ ਗੁਰੂਵਾਰ ਨੂੰ ਅਰਥਾਤ ਵੀਰਵਾਰ ਨੂੰ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ 'ਚ ਹੁੰਦਾ ਹੈ, ਉਹਦੇ 'ਚ ਕੋਈ ਵੀ ਆ ਕੇ ਹਵਨ ਯੱਗ 'ਚ ਆਹੁਤੀਆਂ ਡਾਲ ਸਕਦਾ। ਅੱਜ ਬੜੀ ਦੂਰੋਂ ਦੂਰੋਂ ਸੰਗਤ ਆਈ ਔਰ ਉਹਨਾਂ ਨੇ ਆ ਕੇ ਭਾਰੀ ਸੰਖਿਆ ਦੇ ਵਿੱਚ ਹਵਨ ਯੱਗ 'ਚ ਆਹੁਤੀਆਂ ਡਾਲੀਆਂ। ਸਾਡੀ ਜਗਦੰਬਾ ਦੇ ਚਰਣਾਂ 'ਚ ਇਹੀ ਬਾਰੰਬਾਰ ਪ੍ਰਾਰਥਨਾ ਹੈ ਕਿ ਇਹ ਜਗਦੰਬਾ ਆਪਣੇ ਬੱਚਿਆਂ ਦੇ ਉੱਤੇ, ਆਪਣੀ ਬੱਚੀਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਔਰ ਜਿਹੜਾ ਵੀ ਉਹਨਾਂ ਦੇ ਕਾਰਜ ਹੈ ਉਹ ਸੰਪੰਨ ਕਰਾਓ ਔਰ ਲਗਾਤਾਰ ਅਸੀਂ ਜਿਹੜੀ ਸੇਵਾ ਦੇ ਵਿੱਚ ਮਹਾਮਾਈ ਦੇ ਨਿਮਿੱਤ ਇਸ 'ਚ ਅਗ੍ਰਸਰ ਹੈ ਔਰ ਸਾਰੇ ਸੇਵਾਦਾਰ ਸਾਡੇ ਸੇਵਾ ਕਰਦੇ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ 'ਚ ਇਹ ਆਪਣੇ ਆਪ ਦਾ ਪਹਿਲਾ ਮੰਦਰ ਹੈ ਜਿਹੜਾ ਵਿਸ਼ੇਸ਼ ਰੂਪ 'ਚ ਸਿਰਫ ਮਾਤਾ ਬਗਲਾ ਮੁਖੀ ਜੀ ਦੇ ਨਿਮਿੱਤ ਜਿਹ 'ਚ ਹਵਨ ਯੱਗ ਸੰਪੰਨ ਹੁੰਦੇ ਹੈ। ਇਹੀ ਨਹੀਂ ਕਿ ਖਾਲੀ ਹਵਨ ਯੱਗ ਵੀਰਵਾਰ ਸਵੇਰ ਨੂੰ ਹੀ ਸੰਪੰਨ ਕੀਤੇ ਜਾਂਦੇ ਹੈ, ਸਾਰਾ ਦਿਨ ਇੰਡੀਵਿਜੁਅਲ ਮਤਲਬ ਪਰਸਨਲ ਹਵਨ ਵੀ ਚੱਲਦੇ ਰਹਿੰਦੇ ਹੈ ਔਰ ਸਾਡਾ ਕਰਵਤ ਪ੍ਰਾਰਥਨਾ ਹੈ ਕੋਈ ਵੀ ਭਗਤ ਜਨ ਮਾਂ ਬਗਲਾ ਮੁਖੀ ਜੀ ਦੇ ਨਿਮਿੱਤ
ਹਵਨ ਯੱਗ ਕਰਵਾਉਣਾ ਚਾਹੁੰਦਾ ਹੋਵੇ ਉਹ ਮਾਂ ਬਗਲਾ ਮੁਖੀ ਗੁਲਮੋਹਰ ਸਿਟੀ 'ਚ ਆ ਕੇ ਹਵਨ ਯੱਗ ਸੰਪੰਨ ਕਰਵਾ ਸਕਦਾ ਆਪਣਾ ਪਰਸਨਲ ਵੀ। ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਸ਼ਿਵਰਾਤਰੀ ਦੇ ਉੱਤੇ ਜਿਹੜਾ ਕਾਲ ਸਰਪ ਦੋਸ਼ ਦੀ ਵਿਸ਼ੇਸ਼ ਪੂਜਾ ਹੋਣ ਜਾ ਰਹੀ ਹੈ, ਕੋਈ ਵੀ ਭਗਤ ਜਨ ਉਹ ਪੂਜਾ ਕਰਵਾ ਸਕਦਾ ਅੱਗੇ। ਸ਼ਿਵ ਸ਼ਕਤੀ ਮਾਂ ਬੰਗਲਾ ਮੁਖੀ ਮੰਦਿਰ ਦਿਲਬਾਗ ਨਗਰ ਐਕਸਟੈਂਸ਼ਨ 120 ਫੁੱਟੀ ਰੋਡ ਚਾਲੰਦਰ ਮੇਂ ਸਪਤਾਹਿਕ ਮਾਂ ਬੰਗਲਾ ਮੁਖੀ ਜੀ ਕਾ ਹਵਨ ਯੱਗ ਕੀਆ ਗਿਆ, ਜਿਸਮੇਂ ਪੰਡਿਤੋਂ ਨੇ ਵਿਧੀਵਤ ਪੂਜਾ ਅਰਚਨਾ ਕਰ ਆਏ ਹੋਏ ਯਜਮਾਨੋ ਸੇ ਹਵਨ ਯੱਗ ਮੇਂ ਆਹੂਤੀਆਂ ਡਲਵਾਈ। ਇਸ ਦੌਰਾਨ ਮੰਦਿਰ ਕੇ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ ਨੇ ਬਤਾਇਆ ਕਿ ਇਸ ਮੰਦਿਰ ਮੇਂ ਪਿਛਲੇ 22 ਵਰਸ਼ੋਂ ਸੇ ਵੀ ਜ਼ਿਆਦਾ ਸਮੇਂ ਸੇ ਲਗਾਤਾਰ ਮਾਂ ਬੰਗਲਾ ਮੁਖੀ ਜੀ ਔਰ ਧੂਮਾਵਤੀ ਮਾਤਾ ਜੀ ਕਾ ਹਵਨ ਕੀਆ ਜਾ ਰਿਹਾ ਹੈ, ਜਿਸਮੇਂ ਕਈ ਭਕਤ ਆਪਣੀ ਹਾਜ਼ਰੀ ਲਗਾ ਕਰ ਜਹਾਂ ਵਿਦੇਸ਼ੋਂ ਮੇਂ ਆਪਣਾ ਨਾਮ ਕਮਾ ਰਹੇ ਹੈ, ਵਹੀਂ ਕਈਓਂ ਕੇ ਬੜੇ ਸੇ ਬੜੇ ਕਸ਼ਟ ਦੂਰ ਹੋ ਗਏ ਹੈ। ਇਸ ਅਵਸਰ ਪਰ ਵਿਕੀ ਵਿੱਚ ਬਾਬਾ ਅੰਗੁਰਾਲ, ਅਮਿਤ ਗੁਜਰਾਲ, ਪ੍ਰਕਾਸ਼ ਦੀਪ ਸਿੰਘ, ਸ਼ਿਵ, ਅਜੇ ਨਾਰੰਗ, ਰਾਜੇਸ਼ ਮਨਚੰਦਾ, ਵਰੁਣ ਤਨੇਜਾ, ਸੁਮਿਤ ਚਾਵਲਾ, ਰਾਕੇਸ਼ ਅੰਗੁਰਾਲ, ਸੰਜੇ ਕੱਕੜ, ਰੌਕੀ ਖੁਰਾਨਾ, ਵੀਰੇਸ਼ ਚੁਗ, ਸ਼ੌਰਯ ਵਿਜ, ਕੇਸ਼ਵ ਕਤਿਆਲ, ਗੀਤਿਕਾ ਕਤਿਆਲ, ਐਂਪਲ ਜੀ, ਸ਼ਿਖਾ ਵਰਮਾ, ਪੂਨਮਦੀਪ, ਗੀਤਾ ਚੁਗ, ਦੀਆ ਠਾਕੁਰ, ਗੀਤਾ ਰਮਾ ਜੈਰਥ, ਮੀਨੂ ਹੁਰੀਆ, ਪ੍ਰਾਂਸ਼ੀ ਵਿਜ ਸਹਿਤ ਅਸੰਖਿਆ ਭਕਤਜਨ ਉਪਸਥਿਤ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਜਗਮੋਹਨ ਕੀ ਰਿਪੋਰਟ। ਸ਼੍ਰੀ ਸਨਾਤਨ ਧਰਮ ਰਾਮਾ ਮੰਦਿਰ ਜਲੰਧਰ ਛਾਪਣੀ ਕੀ ਔਰ ਸੇ 24 ਫਰਵਰੀ ਸੇ 3 ਮਾਰਚ ਤੱਕ ਮੰਦਿਰ ਪ੍ਰਾਂਗਣ ਮੇਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਕਾ ਆਯੋਜਨ ਕੀਆ ਜਾ ਰਿਹਾ ਹੈ, ਜਿਸਕੇ 5ਵੇਂ ਦਿਨ ਬੜੀ ਸੰਖਿਆ ਮੇਂ ਭਕਤੋਂ ਨੇ ਪਹੁੰਚ ਕਰ ਕਥਾ ਕਾ ਸ਼੍ਰਵਣ ਕਰ ਆਪਣਾ ਜੀਵਨ ਧਨਯ ਕੀਆ। ਇਸ ਅਵਸਰ ਪਰ ਠਾਕੁਰ ਜੀ ਕੋ 56 ਭੋਗ ਲਗਾਏ ਗਏ। ਇਸ ਦੌਰਾਨ ਕਥਾ ਵਾਚਕੋ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਕੇ ਜੀਵਨ ਸੇ ਸੰਬੰਧਿਤ ਮਨਮੋਹਕ ਲੀਲਾਓਂ ਕੋ ਬਤਾਕਰ ਭਕਤੋਂ ਕੋ ਭਾਵ ਵਿਭੋਰ ਕੀਆ, ਜਬਕਿ ਪ੍ਰਸਾਦ ਕੀ ਸੇਵਾ ਸੁਸ਼ੀਲ ਮਿੱਤਲ ਪਰਿਵਾਰ ਕੀ ਤਰਫ ਸੇ ਕੀ ਗਈ। ਤੋ ਵਹੀਂ ਕਥਾ ਵਾਚਕੋ ਨੇ ਕਥਾ ਕੇ ਬੀਚ ਸੰਕੀਰਤਨ ਕੇ ਮਾਧਿਅਮ ਸੇ ਭਕਤੋਂ ਕੋ ਝੂਮਨੇ ਪਰ ਵਿਵਸ਼ ਕਰ ਦਿਆ। ਇਸ ਕਥਾ ਗਿਆਨ ਯੱਗ ਮੇਂ ਚੇਅਰਮੈਨ ਹਰਵਿੰਦਰ ਸਿੰਘ ਪੱਪੂ, ਪ੍ਰਧਾਨ ਕਮਲ ਚੌਹਾਨ, ਬੰਟੀ, ਅਰੁਣ ਕੁਮਾਰ ਬੌਬੀ, ਵਿਕੀ ਜਿੰਦਲ, ਮਨੂ ਜਿੰਦਲ, ਦੀਪਿਕਾ ਜਿੰਦਲ, ਵਨੀਤਾ ਗੋਇਲ, ਪੰਡਿਤ ਰਾਜਿੰਦਰ ਰਾਜੂ, ਪ੍ਰਭੂ ਦਿਆਲ, ਲਕਸ਼ੇ ਸ਼ਰਮਾ, ਰਵੀਕਾਂਤ ਸ਼ਰਮਾ, ਮੀਨਾਕਸ਼ੀ ਸ਼ਰਮਾ, ਅਨੂ ਸ਼ਰਮਾ, ਗੀਤਾਂਜਲੀ, ਆਸ਼ਾ, ਸੀਮਾ, ਸਰੋਜ ਰਾਣੀ ਸਹਿਤ ਅਸੰਖਿਆ ਭਕਤਜਨੋਂ ਨੇ ਆਪਣੀ ਹਾਜ਼ਰੀ ਲਗਾਈ। ਜਲੰਧਰ ਕੈਂਟ ਸੇ ਹਲਚਲ ਕੇ ਲਈ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। ਕਰਤਾ ਤੂੰ ਮੇਰਾ ਬੇਬੀ ਯੇ ਤੋਂ ਤੇਰਾ।
आज मोहल्ला नंबर 17 रामा मंदिर में श्री भागवत कथा का आयोजन बड़ी धूमधाम से मनाया जा रहा है। इनकी कार्यकारिणी कमेटी हरविंदर सिंह पप्पू जी, प्रधान जी कमल प्रधान जी और प्रभु जी, ये सब मिलकर इसका आयोजन करवा रहे हैं और स्वामी जी के मुखारविंद द्वारा जो प्रवचन सुनने को हमें मिल रहे हैं, हम अपने आप को बहुत भाग्यशाली समझते हैं जो उनके मुख द्वारा अनमोल वचन सुनने को हमें मिल रहे हैं। भागवत कथा एक ऐसी कथा है जिसका श्रवण हम सबको करना चाहिए और इसमें हमें कई ज्ञान की बातें समझने के लिए, सुनने के लिए, अपने जीवन को साकार करने के लिए बहुत अच्छी शिक्षाएं मिलती हैं। मैं पंडित जी द्वारा जो प्रवचन कहे जा रहे हैं उन्हें सुनकर अपने मन को तो मैंने तृप्त किया ही है, लेकिन छावनी निवासी उनके मुखारविंद से सुनकर प्रवचन बहुत खुश हैं। आज गोवर्धन पूजा थी जिसमें 56 भोग लगाया गया और कल यहाँ पर ही रामा मंदिर में रुक्मणी विवाह का आयोजन किया जाएगा। आप सभी बढ़ चढ़कर इसमें भाग लें। जय श्री राधे। जय श्री राधे। बोलो जय श्री कृष्ण। जय श्री कृष्ण। जय श्री कृष्ण। हम सभी आई हुई संगत का भागवत कथा में तहे दिल से शुक्रगुजार हैं, स्वागत करते हैं सबका और सभी का हम धन्यवाद करते हैं। मैं विशेष करके अपने चेयरमैन साहब हरविंदर सिंह पप्पू, प्रधानी कमल चौहान व होर कमेटी के तमाम सदस्यों का तहे दिल से शुक्रिया अदा करता हूँ। श्री सनातन धर्म रामा मंदिर में भागवत कथा आज चौथा दिन चल रहा है। भागवत कथा का चौथा दिन चल रहा है जो कि आज 56 भोग है। परमात्मा का आशीर्वाद से इतना बहुत बढ़िया काम जे हो रहा है, जे सारे संजोग अपने पब्लिक के संजोग से हो रहा है, जे सब संजोग जो है भाई बहनों के संजोग से भागवत कथा कराई जाती है। अकेले ने करानी बहुत औखी होती है, इससे ऊपर ग्रंथ नहीं है। ये ग्रंथ सबसे ऊंचा ग्रंथ है भागवत ग्रंथ। इसको सुनने से ही अपने दो कानों में शब्द पड़ जाए तो आपको ये सदा के लिए अपने हाल हो जाए। गंगा सागर हर बार होती है, जब घर में गंगा आई हो तो उसमें स्नान करना उससे क्या और कितना फायदा होगा। और हमारे घर में गंगा आई हुई है, स्नान कर रहे हैं हम। अपनी कमेटी का बहुत ऐसे चंद भाग आते हैं जो कि हर समय हर टाइम मेरे साथ चल रहे हैं। चेयरमैन रविंद्र सिंह पप्पू, अजिंद्र कुमार राजू जी, पंडित जी, प्रभु दयाल जी, सुनील कुमार जी, नोटी जी, लाल जी, आशा रानी, सीमा जी, अनु जी, आज सारे का धन्यवाद करते हैं जड़ी कमेटी से रात चल के चल रहे ने और संगत प्रसाद लैके जा रही है, प्रभु का आशीर्वाद लेके जा रही है। कल रुक्मणी विवाह लगाया जाएगा जिसकी बरात धूमधाम से निकल के आएगी। जय श्री राम। जय श्री राम। जय श्री राधे। जो कि अज पंजवां दिन भागवत का रामा मंदिर के कथा की जा रही है, उसके अज जो 56 भोग का भोग लगाया गया और बहुत आनंद लोगों ने कथा का सुनया, वो असी
ਅੱਜ ਜਿਹੜੇ ਸੁਨੀਲ ਕੁਮਾਰ ਜੀ ਔਰ ਲੋਟੀ ਔਰ ਸਾਡੇ ਲਾਲ ਜੀ ਜੋ ਕਿ ਸਾਡੇ ਮੰਦਰ ਦੇ ਬਹੁਤ ਪੁਰਾਣੇ ਸੇਵਾਦਾਰ ਹੈ ਔਰ ਅਸੀਂ ਇਹਨਾਂ ਦਾ ਜਿੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਕੱਲ੍ਹ ਰੁਕਮੀ ਨੀਂ ਜੀ ਦਾ ਜੋ ਕਿ ਵਿਆਹ ਇੱਥੇ ਰਚਾਇਆ ਜਾਏਗਾ। ਅੱਜ ਮੈਂ ਆਪਣੇ ਵੱਲੋਂ ਇੱਕ ਹੋਰ ਅਪੀਲ ਕਰਦਾ ਜੋ ਕਿ 3 ਤਰੀਕ ਨੂੰ ਮਹਿੰਦੀਪੁਰ ਬਾਲਾ ਜੀ ਦੀ ਮੂਰਤੀ ਸਥਾਪਨਾ ਕਰਨੀ ਜਾਣੀ ਹੈ ਉਹਦੇ ਵਿੱਚ ਸਾਡੇ ਵੱਡੇ ਭਰਾ ਪ੍ਰਧਾਨ ਦੇਵੀ ਧਰਾ ਸਿਕੰਦਰ ਜੀ ਆਉਣਗੇ ਔਰ ਮੈਂ ਸਾਰਿਆਂ ਦਾ ਇੱਥੇ ਆਉਣ ਦਾ ਫਿਰ ਧੰਨਵਾਦ ਕਰਦਾ ਹਾਂ ਔਰ ਆਪਣੇ ਵੱਲੋਂ ਇਹੀ ਬੇਨਤੀ ਕਰਦਾ ਕਿ ਜਿਹੜਾ ਪ੍ਰਸ਼ਾ ਬਸ ਬਹੁਤ ਵਧੀਆ ਜੋ ਕਿ ਪ੍ਰੋਗਰਾਮ ਸਾਡੇ ਪ੍ਰਧਾਨ ਅਮਨ ਚੌਹਾਨ ਜੀ ਪ੍ਰਭੂ ਦਿਆਲ ਵਧਵਾ ਜੀ ਐਨ ਕੇ ਜੀ ਔਰ ਸਾਡੇ ਰਾਜਕੁਮਾਰ ਰਾਜੂ ਜੀ ਪੰਡਿਤ ਜੀ ਔਰ ਸਾਡੇ ਜਿੰਨੇ ਵੀ ਸਾਡੇ ਸਾਥੀ ਜੋ ਮਦਦ ਕਰ ਰਿਹਾ ਰੱਬ ਉਹਨਾਂ 'ਤੇ ਆਸ਼ਾ ਜੀ ਪ੍ਰਭੂ ਦਿਆਲ ਵਧਵਾ ਜੀ ਔਰ ਸਾਰੇ ਜੋ ਸਾਡੇ ਨਾਲ ਜੁੜੇ ਹੋਏ ਆ ਰੱਬ ਇਹਨਾਂ 'ਤੇ ਮਿਹਰ ਭਰਿਆ ਹੱਥ ਰਵੇ ਔਰ ਇੱਦਾਂ ਹੀ ਅਸੀਂ ਵਧੀਆ ਜੋ ਕਿ ਆਯੋਜਨ ਇੱਥੇ ਕਰਾਉਂਦੇ ਰਹੀਏ। ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ। ਔਰ ਅਬ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। अमृतसर के मजीठा रोड इलाके में घर में घुसकर 2 नौजवानों ने एक बुजुर्ग का किया कत्ल, पुलिस सीसीटीवी फुटेज रही खंगाल। जीरा के गांव रंगा टिब्बी में बेटे ने पिता को मारी गोली, पिता गंभीर घायल। अमृतसर पुलिस ने 2 अलग-अलग मामलों में 3 आरोपियों को किया काबू, 5 किलो हेरोइन, 4 पिस्तौल जिंदा रौंद किए बरामद। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।